ਮੈਨੂੰ ਕਰਣਾ ਨਹੀਂ ਤੇ ਤੈਨੂੰ ਕਿਹਨੇ ਕਿਹਾ ਸੱਤ ਨੱਤੀ ਦਾ ਰੂਲਾ ਸਿਰ ਚ ਖੋਲ ਲਿਆ ਘੰਟੇ ਘੰਟੇ ਬਾਅਦ ਉਧਰ ਆਪਾਂ ਨੇ ਕਿੱਥੋਂ ਕੁੱਪੀ ਪੀ ਕੇ ਆ ਜਾਂਦਾ ਸੀ मैं आशा करता हूँ कि तुम दोनों की जोड़ी हमेशा सलामत रहे। बिटिया को जहेज भी दे। सदा सुहागन रहो। पाए लागू अंकल। पाए लागू अंकल। ओके। मैं परी पहनी है। इधर से उसकी लाश आ रही है, वहां से जिंदा ही जाए। ले तेरा भी नाली करा। पाए लागू। इको नाली। आहो। खैरो खैरो। ये क्या हुआ बापू? आप मेरी शादी रफिया में करेंगे? रशिया में करेंगे? रशिया अफ्रीका च गया मैं रशिया बहुत सोने होंगे। लो जी नागरी यूसी साहब क्योंकि धारणा गल हुई सी कि यूसी साहब अगली बारी अपने पूरे ओहदे च आउणगे जिहड़ा इहनां दे नाल खून की बोतल लगन की वजह तो निजाम हो गया सी। अच्छा ऐ बन गया तू। यही हाल होया मेरा जाने साहब। मैं तुहानूं की दसां सोनू भाजी थोड़ा परे हो जा। गैटअप देख के कोई हया कर लो ठीक अंदर भावे यूसी आ लेकिन इस टाइम ओनू बोतल लगी खून की पूरा फीमेल हो पई है ਇਹਦੇ ਉੱਤੇ ਨਾ ਚੜੋ ਤੁਸੀਂ ਥੋੜਾ ਪਰੇ ਹੋ ਜਾਓ। ਤੈਨੂੰ ਕੋਈ ਸ਼ੈਸ਼ ਵੀ ਚਾਹੀਦੀ ਤੇ ਆਰਡਰ ਲਾਵੇ। ਫਾਸਲਾ ਰੱਖੇ। ਕੀ ਆਦਰ ਹੈ ਉਹਨੂੰ ਦੂਰੀ ਚਾਹੀਦੀ ਤੁਹਾਡੇ ਤੋਂ। ਉਹ ਨਹੀਂ ਹੋ ਸਕਦੀ ਕਦੇ। ਫਾਸਲਾ ਲਿਆ ਦਿਓ ਥੋੜਾ ਜਿਹਾ। ਦੂਰ ਹੋ ਕੇ ਬਹਿ ਜਾ। ਫੈਸਲ ਸਾਹਿਬ ਉਹ ਯੂਸੀ ਹੋਈ। ਖੈਰ। ਹੈ ਉਹ ਕੋਈ ਯੂਸੀ ਮਹਿਕ ਦੇ ਮਗਰ ਚੜਿਆ। ਹੈਲੋ ਯੂਸੀ ਮਹਿਕਾ। ਕੀ ਜ਼ੇਨ ਕੀ ਹੈ। دیਵਾਨਾ ਹੋਇਆ ਫਿਰ ਤਾਂ। ਓਏ ਉਹ अपना जूस इमलिया। खैर यार फैसल तो पागल हो गया। वो भाई आ। खैर फैसल खैर तुर दी लगती यार। ओए भैया साडा मेहमान आ। मेरी जान आ। अरे हो जा फिर थोड़ा इधर नु हो जा। ओ चंगा बड़ा भाई आ। अभी भी भाई हैं। तुसी दोवें भी भाई भाई हो। वो बांग्लादेश की डिवोर्स ज्यादा औरत है उससे दूर रहो। ना ना उन बदमाश हो। देखिए हां तू भी उधर नुना चोखना बीबी की हो गया तेनु। अगे तेरे सिर ले उतो अदामा कर कर उनु वहां नहीं। सच्चा प्यार छुपता नहीं सरदार जी। अच्छा चलो दसो फिर अगे की होया फिर। ओ जदों तुसी ਮੌਤ ਦੇ ਖੂਹ ਤੇ ਸੀ ਤੇ ਤੁਹਾਡਾ ਇੱਕ ਉਹ ਬਦਮਾਸ਼ ਇੱਕ ਤੁਹਾਡੇ ਤੇ ਆਸ਼ਕ ਹੋ ਗਿਆ। ਆਸ਼ਕ ਤੇ ਹੁਣ ਹੋਣਾ ਹੀ ਸੀ ਵੇਖ ਤੇ ਸਹੀ। ਦੂਸਰਾ ਕੋਈ ਥੋੜੀਆਂ ਜਿਹੀਆਂ ਵੱਧ ਵੇਲਾ ਸੁੱਟਦੇ ਉਹਦਾ ਪਾਲਾ ਵੀ ਕੱਢ ਦਿੰਦੇ ਆ ਲਵਾੜ ਵਿੱਚ। ਨਹੀਂ ਨਹੀਂ ਹਾਂਜੀ ਸਹੀ ਹੋ ਕੇ ਬੈਠੋ ਨਾ ਜ਼ਰਾ ਤੁਸੀਂ। ਲਓ ਜੀ ਨਾਜ਼ਰੀਨ ਯੂਸੀ ਦੀ ਸਟੋਰੀ ਅਸੀਂ ਪਿਛਲੇ ਐਪੀਸੋਡ ਜਿੱਥੇ ਸੀ ਕਿ ਵੀ ਇਹ ਮੌਤ ਦੇ ਖੂਹ ਤੇ ਸੀ ਤੇ ਇੱਕ ਬਦਮਾਸ਼ ਇੱਥੇ ਆਸ਼ਕ ਹੋ ਗਿਆ ਤੇ ਉਸ ਤੋਂ ਬਾਅਦ ਕੀ ਬਣਿਆ? ਉਸ ਤੋਂ ਬਾਅਦ ਕੀ ਬਣਿਆ ਬਾਜੀ ਯੂਸੀ? ਉਸ ਤੋਂ ਬਾਅਦ ਸਤਾਜ ਜੀ ਇਹਨੂੰ ਪਰੇ ਕਰ ਰਹੇ
ਪੈਸਾ ਤਾਂ ਬਣਾਓ ਅੱਧ ਵਿੱਚ ਰੱਖ ਦਿਓ ਅਕੰਧ ਬਣਾਓ ਇੱਥੇ ਜਿੰਨੀਆਂ ਮਰਜ਼ੀ ਦੀਵਾਰਾਂ ਕਰ ਲਓ ਕੋਈ ਦੀਵਾਰ ਰੋਕ ਨਹੀਂ ਸਕਦੀ ਅੱਜ ਅਸਲ ਓਏ ਅੱਜ ਮਿਰਜ਼ਾ ਹਾਰ ਗਿਆ ਹੀ ਓਏ ਤੇਰੀ ਬੁੱਢੀ ਦਾ ਕਾਪੀਰਾਈਟ ਆ ਜਾਣਾ ਇਹਨੇ ਸਟ੍ਰਾਈਕ ਭੇਜ ਦੇਣੀ ਤੈਨੂੰ ਸਟ੍ਰਾਈਕ ਭੇਜ ਕੇ ਨਾ ਤੇ ਤੈਨੂੰ ਤੇਰਾ ਚੈਨਲ ਲੜਾ ਦੇਣਾ ਸਾਰੀ ਕਸਮ ਵਾਲੀ ਗੱਲ ਜੀ ਅਜੀਬੋ ਗਰੀਬ ਜੀ ਫੀਲਿੰਗ ਮੇਰੇ ਦਿਲ ਦੀ ਹੋ ਰਹੀ ਹੈ ਸਾਡੀ ਕਿਉਂ ਪਤਾ ਨਹੀਂ ਯਾਰ ਕਦੇ ਨਹੀਂ ਹੋਇਆ ਅੱਜ ਇੱਕ ਮਿੰਟ ਅਮਾੜੇ ਨੇ ਇੱਕ ਦੇ ਵਾਲ ਵਿਖਾਈ ਕੁਛ ਨਹੀਂ ਹੁੰਦਾ ਫੁੱਲਾਂ ਨਾਲ ਕੰਡੇ ਵੀ ਤੇ ਹੁੰਦੇ ਹੀ ਆ ਤੇ ਜੇ ਇਕੱਲੇ ਹੀ ਕੰਡੇ ਹੋਣ ਤੇ ਚੱਲੇਗਾ ਸਾਰੀ ਪਤਾ ਨਹੀਂ ਅਜੀਬ ਜੀ ਫੀਲਿੰਗ ਹੋਣ ਦੀ ਮੈਨੂੰ ਅਜੀਬ ਜੀ ਉਹਦੇ ਡੋਲੇ ਵੱਲ ਦੇਖ ਜ਼ਰਾ ਭਾਜੀ ਅਸੀਂ ਇੱਥੇ ਆਪਣੀ ਸਟੋਰੀ ਉਹਦੇ ਕੋਲ ਸੁਣਨੀ ਆ ਤੂੰ ਵੀ ਆਪਣਾ ਘੇਰਾ ਸ਼ੁਰੂ ਨਾ ਕਰ ਤੂੰ ਹਟ ਜਾ ਮੋਖਾ ਚੱਖਾ ਪਾਣ ਨੇ ਹਟਣ ਡਿਆ ਤਾਜੀ ਇੱਕ ਵੈਸੇ ਤੂੰ ਵੀ ਉਧਰ ਨੂੰ ਕਿਉਂ ਉਲਰੀ ਜਾਨੀ ਉਧਰ ਕੰਨੀ ਕੋ ਖਾਣ ਨਹੀਂ ਇਹਦੇ ਇਧਰ ਕੋ ਚੀਜ਼ ਬਣ ਨੋ ਸਾਜੀ ਮੈਂ ਕੀ ਤੁਹਾਨੂੰ ਦੱਸਾਂ ਜੋ ਮੇਰੇ ਨਾਲ ਬੀਤਣ ਦੀ ਕੀ ਹੋਇਆ ਓਏ ਫੈਸਲ ਫੈਸਲ ਮੈਂ ਤੇਰੇ ਨਾਲ ਅਜੇ ਹਮਦਰਦੀ ਜਾਗੀ ਅੱਛਾ ਉਸ ਤੋਂ ਬਾਅਦ ਕੀ ਹੋਇਆ ਜਦੋਂ ਬਦਮਾਸ਼ ਤੇਰੇ ਤੇ ਆਸ਼ਕ ਹੋਇਆ ਮੁਸ਼ਤਾਕੋ ਦਾ ਉਹ ਬਦਮਾਸ਼ ਮੁਸ਼ਤਾਕੋ ਦਾ ਆਸ਼ਕ ਸੀ ਹਾਂ ਮੈਂ ਉੱਥੇ ਕੰਮ ਕਰਨ ਲੱਗ ਪਈ ਮੌਤ ਦੇ ਖੂਹ ਤੇ ਹਾਂਜੀ ਉਹ ਮੇਰੇ ਡ੍ਰਿਪ ਜੋ ਲੱਗੀ ਸੀ ਉਹ ਹਾਂ 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 ਤੇ ਉਹਦੀ ਵਜ੍ਹਾ ਦੇ ਨਾਲ ਮੈਂ ਉੱਥੇ ਨਸ ਭੱਜ ਕਰੂ ਸੋਹਣਾ ਮੈਂ ਤੁਹਾਨੂੰ ਪਤਾ ਜਿੱਦਾਂ ਹੁਣ ਸੀ ਉਦੋਂ ਬਥੇਰਾ ਸੋਹਣਾ ਸਹੀ ਗੱਲ ਉਹ ਆਸ਼ਕ ਸੀ ਮੁਸ਼ਤਾਕੋ ਦਾ ਅੱਛਾ ਉਹ ਘਰ ਨਹੀਂ ਸੀ ਮੁਸ਼ਤਾਕੋ ਗਈ ਸ਼ਾਪਿੰਗ ਕਰਨ ਮੈਂ ਘਰ 'ਚ ਇਕੱਲੀ ਕੱਪੜੇ ਕੁੱਪੜੇ ਧੋਣ ਲਈ ਬੈਠੀ ਇਸਤਰੀ ਕਰਨ ਲਈ ਹੈ ਸਾਰਾ ਘਰ ਦਾ ਮੈਂ ਕੰਮ ਸਾਂਭਿਆ ਹੋਇਆ ਉਹ ਆਸ਼ਕ ਆ ਗਿਆ ਸ਼ਰਾਬ ਪੀਤੀ ਹੋਈ ਉਹ ਜਿਹੜਾ ਬਦਮਾਸ਼ ਆਸ਼ਕ ਬਦਮਾਸ਼ ਆਸ਼ਕ ਓਏ ਉਹਨੇ ਠੁੱਡ ਮਾਰਿਆ ਦਰਵਾਜ਼ੇ ਨੂੰ ਮੈਂ ਇਕੱਲੀ ਡਰ ਗਈ ਸਹਿਬ ਓਏ ਹਾਈ ਮੈਨੂੰ ਕਿਉਂ ਨਹੀਂ ਦੱਸਿਆ ਹੈ ਕੀ ਦੱਸਿਆ ਸੀ ਉਦੋਂ ਤੂੰ ਬੱਚੇ ਲੈ ਕੇ ਚੇਜ਼ਬ ਤੇ ਗਿਆ ਤੇਰੇ ਬੈਟਰੀ ਡਾਊਨ ਸੀ ਤੇਰਾ ਫੋਨ ਬੰਦ ਸੀ ਅੱਛਾ ਫੇਰ ਹੁਣ ਤੇਰੇ ਨੇ ਠੁੱਡਾ ਮਾਰ ਕੇ ਮੈਨੂੰ ਵੀ ਡਰਾ ਦਿੱਤਾ ਅੱਛਾ ਘਰ 'ਚ ਮੈਂ ਇਕੱਲੀ ਹੁਣ ਉਸਤਾਦ ਜੀ ਮੈਂ ਸੋਚਾਂ ਕਿ ਇਹਨੂੰ ਮੈਂ ਕੀ ਕਵਾਂ ਉਹਨੇ ਕੋਈ ਜਿਹੜੀਆਂ ਸ਼ਾਵਾਂ ਉਹਦੇ ਕੋਲ ਟੁੱਟੀਆਂ ਉਹ ਤੋੜ ਤੋੜ ਕੇ ਠੁੱਡੇ ਮਾਰ ਕੇ ਨਾ ਜਾਣ ਲੱਗਾ ਤੂੰ ਯਕਦਮ ਦਰਵਾਜ਼ੇ 'ਚ ਨਾ ਉਹਨੇ ਪਿੱਛੇ ਮੁੜ ਕੇ ਦੇਖਿਆ ਤੇ ਮੇਰੀਆਂ ਅੱਖਾਂ 'ਚ ਅੱਖਾਂ ਪੈ ਗਈਆਂ ਓਏ ਹਾਂ ਉਹ ਤਾਂ ਮੇਰਾ ਦੀਵਾਨਾ ਹੋਇਆ ਫਿਰ ਬਸ ਉਹਦੀ ਲਿਖੀ ਠਹਿਰ ਜਾ ਤੂੰ ਢਿੱਡੋ ਆਪਣੀ ਧਰਮ ਪਤਨੀ ਸਮਝੀ ਜਾਂਦਾ ਉਹਨੂੰ ਕਹਿੰਦੇ ਵੱਟ ਚੜਨ ਦੇ ਠਹਿਰ ਜਾ ਕਿ ਮਿੰਟ ਇਹ ਕਜਨਬੀ ਐਡੀ ਤਰ੍ਹਾਂ ਸੇਲ ਦੀ ਅੰਮੀ ਲੱਗਣ ਦਈ ਸਬਰ ਕਰ ਲਾ ਜ਼ਰਾ ਯਕਦਮ ਜਾਣ ਲੱਗਾ ਤੇ ਅੱਜ ਕਰਕੇ ਮੁੜਿਆ ਤੇ ਮੇਰੇ ਉਹਦੀਆਂ ਅੱਖਾਂ ਚੱਖਾਂ ਪੈ ਗਈ ਸ਼ਰਾਬ ਉਹਨੇ ਪੀਤੀ ਸੀ ਅੱਖਾਂ ਉਹਦੀਆਂ ਲਾਲ ਸੁਰਖ ਹੋਈਆਂ ਪਈਆਂ ਉੱਤੋਂ ਮੈਂ ਵੀ ਜੋਬਨ ਤੇ ਨਵੀਂ ਨਵੀਂ ਮੈਂ ਉੱਥੇ ਤੇ ਮੇਰਾ ਵੀ ਰੰਗ ਰੂਪ ਇੱਦਾਂ ਜਿੱਦਾਂ ਹੁਣ ਖਿਲਿਆ ਪਿਆ ਉਦੋਂ ਮੁਸ਼ਤਾਕੋ ਦੀ ਮੇਰੇ ਨਾਲ ਮਹਿਕ ਯੂਸੀ ਮਹਿਕ ਆ ਮੇਰੇ ਨਾਲ ਉਹ ਮੇਰੀ ਖੁਸ਼ਬੂ ਨਾ ਸੁੰਘਣ ਲੱਗ ਪਿਆ ਕਦੀ ਮੇਰੇ ਇੱਧਰਲੀ ਸਾਈਡ ਤੇ ਇੱਦਾਂ ਕਰੇ ਤਰੀਕਾ ਤੇਰੀ ਸਮੈਲ ਸੁਣ ਕੇ ਤੈਨੂੰ ਕਹਿਣਾ ਅੱਛਾ ਫੇਰ ਉਸਤਾਦ ਜੀ ਉਹ ਇੰਜ ਕਰਕੇ ਮੈਂ ਅੱਖਾਂ ਚੱਖਾਂ ਪਈਆਂ ਉਹਦੀਆਂ ਮੇਰੇ ਨਾਲ ਉਹਦੀਆਂ ਅੱਖਾਂ ਚੱਖਾਂ ਪਈਆਂ ਸਾਡੀਆਂ ਚਾਰ ਹੋ ਗਈਆਂ ਉਹਨੂੰ ਅੱਛਾ ਦੋ ਉਹਦੀਆਂ ਦੋ ਤੇਰੀ ਕਿੰਨੀਆਂ ਹੋ ਗਈਆਂ ਚਾਰ ਹਾਂ ਚਾਰ ਹੋਂਟ ਮੇਰੇ ਵੀ ਲੜਜਰਾਉਣ ਲੱਗ ਪਏ ਯਾਰ ਆਮ ਸੌਰੀ ਕੋਈ ਨਾ ਮਜ਼ਾਕ ਯਾਰ ਫਰੀ ਨਾ ਕਰ ਯਾਰ ਮੋਟਰ ਵੈਂਡਿੰਗ ਕਰਨ ਵਾਲੇ ਮਾਲ ਕਸਬੇ ਇੱਦਾਂ ਦੀ ਜਿਹੜੇ ਮੋਟਰ ਵੈਂਡਿੰਗ ਕਰਦੇ ਨਾ ਉਹਨਾਂ ਦੀਆਂ ਦੁਕਾਨਾਂ ਤੇ ਇੱਦਾਂ ਦੇ ਗੁੱਛੇ ਪਏ ਤਾਰ ਦੇ ਕੰਮ
ਮਾਡਾ ਲਾ ਤੇ ਬਸ ਦੀ ਛੱਤ ਤੇ ਬਹਿ ਕੇ ਆ ਗਈ। ਅੱਛਾ ਫੇਰ ਸਾਨੂੰ ਤਾਂ ਇਹ ਪਤਾ ਲੱਗਾ ਕਿ ਜਿੰਨੇ ਦੇ ਚਿੜੀਆਂ ਇਦਾਂ ਦੀਆਂ ਤੁਸੀਂ ਜੋ ਮਰਜ਼ੀ ਕੋਈ ਓਏ ਹੱਥ ਨਾ ਲਾ ਸਾ ਜੀ ਵਾਲ ਸਿੱਧੇ ਕਰ ਮੈਂ ਤੇਰੀ ਆ ਲਗੋ ਵੀ ਲਪੇਟਾ ਪਾ ਲੈ ਤੇਰੀ ਹੈ ਹਨਾ ਮੈਂ ਵੀ ਤੇਰੀ ਆ ਯਾਰ ਸਾ ਜੀ ਉਹਨੂੰ ਮੇਰੇ ਨਾਲ ਪਿਆਰ ਹੋ ਗਿਆ ਅੱਛਾ ਗੱਲਾਂ ਬਾਤਾਂ ਹੋ ਗਈਆਂ ਉਹ ਤੁਹਾਡੇ ਪੁੱਛ ਕੇ ਮੁਸ਼ਤਾਕ ਉਹਦਾ ਚਲੇ ਗਿਆ ਰਾਤ ਸਤਾਜੀ ਤੇਰੇ ਦਿਲ ਚ ਰਹਿ ਗਿਆ ਟਿਕ ਗਿਆ ਯਾਨੀ ਕਿ ਤੈਨੂੰ ਮੁਹੱਬਤ ਹੋ ਗਈ ਉਹਨੂੰ ਹੋ ਗਈ ਮੇਰੇ ਨਾਲ ਤੇ ਤੇਰੇ ਵੀ ਤੇ ਹੋਂਟ ਲੜਤਰਾ ਰਹੇ ਸੀ ਮੈਂ ਉਦਾਂ ਸੁੱਤੀ ਵੀ ਹਲਕਲ ਕੇ ਪਾਸੇ ਲੈਣੀ ਸੀ ਤੇ ਯਾਦ ਆਉਂਦਾ ਅੱਛਾ ਹਾਂ ਵੇਖਿਆ ਨਾ ਕਿਤੇ ਆਪਣਾ ਆਪ ਛੱਡ ਗਿਆ ਨਾ ਉਹ ਸਤਾਜੀ ਇੰਜ ਕਰਕੇ ਮੈਂ ਪਾਸਾ ਲੈਣ ਦੇ ਤੇ ਬਾਹਰੋਂ ਆਵਾਜ਼ ਆਉਣ ਦੀ ਠੋ 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 ਤੇ ਮੇਰਾ ਆਪਣਾ ਦਿਲ ਡਰਿਆ ਮੈਂ ਸਾਹ ਲੈਂਦੀ ਫਿਰ ਸਤਾਜੀ आपसे कहा था ना कि हम एक शो करेंगे वो एडिट नहीं करना ये शो हमने एडिट करना ही नहीं इसमें कोई कट नहीं लगना सिर्फ कैमरे अलग अलग होंगे गल कोई नहीं कटनी असि ध्यान ना गल करना कोई वलगर नहीं करनी कोई इस जेन च रखना कटना मैं कुछ नहीं जे ਜੋ ਵੀ ਹਾਸਾ ਖੇਡਾਂ ਵਿੱਚ ਜੋ ਵੀ ਵਿੱਚ ਹੀ ਜਾਣਦੇ ਹੋ ਹਾਸਾ ਖੇਡਾਂ ਕਾਹਦਾ ਨਹੀਂ ਨਹੀਂ ਮਤਲਬ ਜੋ ਵੀ ਕੋਈ ਵਿੱਚ ਮੇ ਕੋਈ ਬਾਤ ਐਸੀ ਆ ਜਾਂਦੀ ਇਹਨਾਂ ਨੂੰ ਤੁਸੀਂ ਰੋਕੋ ਮੇਰੇ ਨਾਲ ਤਾਂ ਜੋ ਨਹੀਂ ਨਹੀਂ ਇਹਨਾਂ ਨੂੰ ਤਾਂ ਮੈਂ ਰੋਕ ਲਾਂਗਾ ਉਹਨਾਂ ਨੂੰ ਤੂੰ ਉਹਨੂੰ ਤੂੰ ਆਪ ਹੀ ਰੋਕਣਾ ਮੈਂ ਤੇਰੀ ਆ ਥੈਂਕ ਯੂ ਅੱਛਾ ਫਿਰ ਬਾਹਰੋਂ ਆਵਾਜ਼ ਆਈ ਤੇ ਆਵਾਜ਼ ਆਈ ਸਤਾਜ ਜੀ ਜਦੋਂ ਠੋ 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 ਤੇ ਮੇਰੇ ਵੀ ਦਿਲ ਡਰਿਆ ਇਦਾਂ ਮੈਂ ਚਾਹ ਰਿਹਾ ਆ ਬਦਮਾਸ਼ਾ ਲੈ ਨਹੀਂ ਕਰਦਾ ਮੈਂ ਸੁੱਚੀ ਡਰ ਗਿਆ ਉਹਨੇ ਫੈਸਲ ਨੂੰ ਸੱਚੀ ਵਿੱਚ ਡਰਾਤੀ ਅੱਛਾ खिड़की थानी देखा ते उही अंतरा बदमाश शराब पीती है मेनू अल्लाह बेहतर जाने मैं तां कह मुश्ताको आपे मिल लूगी उहनू दुबार जाके उहने उस्ताजी इंज करके अंदर वड़िया वा ते जीबां दे विच बंदे तीन चार भरावा नानी बस नहीं चलन दिया सेल कौन अपने प्यार दी निशानी आहो सेल जवान हो गया मेरा पिछड़ी मेनू की पता लगा आहो बस अच्छा फिर ਉਸਤਾਦ ਜੀ ਉਹਨਾਂ ਨੇ ਨਾ ਜਦੋਂ ਦਰਵਾਜ਼ਾ ਖੜਕਾਇਆ ਨਾ ਆਣ ਕੇ ਤੇ ਮੁਸ਼ਤਾਕ ਨੂੰ ਪੈਂਦੇ ਸੱਟੇ ਉਹਨੇ ਪੁੱਛਿਆ ਕਿ ਉਹ ਯੂਸੀ ਮਹਿਕ ਕਿੱਥੇ ਆ ਤੇ ਨਾਲ ਇੱਦਾਂ ਇੱਦਾਂ ਕਰੇ ਸੁੰਗੇ ਸੁੰਗੇ ਉਹ ਜਰਮਨ ਸ਼ੈਫਰਡ ਸੀਗਾ ਤੇਰੀ ਆ ਮੈਂ ਠਹਿਰ ਜਾ ਠਹਿਰ ਜਾ ਇੱਕ ਮਿੰਟ ਯਾਰ ਆਈ ਟੂ ਅੱਛਾ ਫਿਰ ਉਸਤਾਦ ਜੀ ਉਹਨੇ ਮੁਸ਼ਤਾਕ ਨੇ ਕਿਹਾ ਵੇ ਕੀ ਲੈਣ ਆਇਆ ਤੂੰ ਅੰਦਰ ਉਹਨੇ ਕਿਹਾ ਪਰਾ ਹੋ ਮੁਸ਼ਤਾਕੋ ਸਾਨੂੰ ਯੂਸੀ ਮਹਿਕ ਚਾਹੀਦੀ ਹੈ ਉਸਤਾਦ ਜੀ ਮੇਰਾ ਦਿਲ ਵੀ ਪਰੇਸ਼ਾਨ ਮੈਂ ਵੀ ਕੰਮ ਦੀ ਪੌੜੀਆਂ ਉੱਤੇ ਔਖੀ ਸੌਖੀ ਹੋ ਕੇ ਮੈਂ ਜਦੋਂ ਉਹਨੇ ਮੈਨੂੰ ਦੇਖਿਆ ਤਾਂ ਉਸਤਾਦ ਜੀ ਉਹਦੇ ਹੱਥਾਂ 'ਚ ਬੰਦੂਕ ਨਿਕਲ ਗਈ ਕੰਬਣੀ ਲੱਗ ਗਈ ਉਹਨੂੰ ਵੀ ਕਦੀ ਉਹ ਮੇਰੇ ਵੱਲ ਦੇਖੇ ਕਦੀ ਮੈਂ ਨੀਵੀਂ ਪਾਵਾਂ ਕਦੀ ਉਹ ਮੇਰੇ ਵੱਲ ਦੇਖੇ ਕਦੀ ਮੈਂ ਨੀਵੀਂ ਪਾਵਾਂ ਸਾਡੀਆਂ ਅੱਖਾਂ 'ਚ ਅੱਖਾਂ ਪਈਆਂ ਹੋਈਆਂ ਇੰਨੀ ਤੋਂ ਤਾਂ ਗੈਰਤ ਵਾਲੀ ਨਹੀਂ ਹੈਗੀ ਇੱਦਾਂ ਨਹੀਂ ਵੀ ਫਿਰ ਮੇਰੇ ਨਾਲ ਪਿਆਰ ਕਰਨ ਲੱਗ ਪਿਆ ਫਿਰ ਉਹਨੇ ਮੁਸ਼ਤਾਕੋ ਨੂੰ ਪੈਂਦੇ ਸੱਟੇ ਕਿਹਾ ਮੈਨੂੰ ਯੂਸੀ ਮਹਿਕ ਚਾਹੀਦੀ ਹੈ ਮੈਂ ਡੇਰੇ ਤੇ ਲਿਜਾਣੀ ਠੀਕ ਹੈ ਉਹਨੇ ਕਿਤੇ ਜ਼ਖਮ ਤੇ ਮਲਣੀ ਹੋਣੀ ਉਹ ਠਹਿਰ ਜਾ ਯਾਰ ਅੱਛਾ ਮੈਂ ਆਡੈਕਸ ਉਹ ਲੈ ਗਿਆ ਮੈਨੂੰ ਨਾਲ ਅੱਛਾ ਫਿਰ ਉਸਤਾਦ ਜੀ ਉਹਨੇ ਅੱਜ ਕਰਕੇ ਜਦੋਂ ਸਾਡੀਆਂ ਅੱਖਾਂ 'ਚ ਅੱਖਾਂ ਤਾਂ ਪੈ ਹੀ ਗਈਆਂ ਸੀ ਉਹ ਮੈਨੂੰ ਮੁਸ਼ਤਾਕੋ ਨੂੰ ਕਹਿੰਦਾ ਮੁਸ਼ਤਾਕੋ ਅੱਜ ਤੋਂ ਬਾਅਦ ਯੂਸੀ ਮਹਿਕ ਮੇਰੀ ਆ ਕਿਹਨੇ ਗਿਆ ਉਹ ਯਾਰ ਤੇਰੇ ਰਕੀਬ ਨੇ ਤੇਰੀ ਆ ਮੈਂ ਉਦਾਂ ਅੱਛਾ ਫਿਰ ਉਹ ਮੈਨੂੰ ਲੈ ਗਿਆ ਨਾਲ ਉਹਨੇ ਇੰਜ ਕਰਕੇ ਮੈਨੂੰ ਇੰਜ ਕਰਕੇ ਬਾਂਹ ਤੋਂ ਫੜਿਆ ਵਾ ਅੱਛਾ ਤੇ ਇੰਜ ਹਾਂ ਤੇ ਮੈਂ ਨਾ ਇੱਕ ਮਿੰਟ ਕਹਿੰਜ ਇੰਜ ਬਾਂਹ ਫੜ ਕੇ ਫਿਰ ਮੈਂ ਇੰਜ ਕਰ ਲਿਆ ਓਏ
ਉਸਤਾਦ ਜੀ ਉਹਨੇ ਮੈਨੂੰ ਨਾ ਜੀਪ 'ਚ ਬਿਠਾ ਲਿਆ। ਅੱਛਾ। ਅਤੇ ਆਪਣੇ ਡਰਾਈਵਰ ਨੂੰ ਕਹਿੰਦਾ ਗੱਡੀ ਘੁਮਾ ਕੇ ਡੇਰੇ 'ਤੇ ਲੈ ਜਾ। ਉਸਤਾਦ ਜੀ ਡੇਰੇ 'ਤੇ ਲਿਜਾਣ ਦਾ ਸੀ, ਰਸਤੇ 'ਚ ਮੇਲਾ ਲੱਗਾ ਸੀ। ਮੈਂ ਕਿਹਾ ਸੋਨੂੰ ਤੁਹਾਡਾ ਨਾਮ ਕੀ ਆ? ਕੀ ਕਿਹਾ ਤੂੰ? ਸੋਨੂੰ। ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਸੋਨੂੰ ਤੁਹਾਡਾ ਨਾਮ ਕੀ ਆ? ਕਹਿੰਦਾ ਅਜ਼ੀਜ਼ ਬਦਮਾਸ਼। ਤੂੰ ਮੇਰੇ ਡੇਰੇ ਤੇ ਕੀ ਕਰਨਾ ਜਾ ਕੇ? ਮੈਨੂੰ ਮੇਲਾ ਹੀ ਦਿਖਾ ਦੇ। ਉਸਤਾਦ ਜੀ ਇੰਜ ਕਰਕੇ ਉਹਨੇ ਮੇਲਾ ਸ਼ੁਰੂ ਕੀਤਾ ਵਾ, ਕਹਿੰਦਾ ਦੇਖੋ ਮੇਲਾ। ਤੇ ਉਹੀ ਡਾਕਟਰ ਮੇਲੇ ਚ ਖੂਹ ਬਣਾ ਕੇ ਬੈਠਾ ਹੋਇਆ। ਹੁਣ ਮੈਂ ਉਹ ਗਾਣਾ ਉਹਨੇ ਲਾਇਆ, ਮੈਂ ਡਾਂਸ ਕਰਨ ਲੱਗ ਪਈ, ਸੋਹਣਾ ਮੈਂ ਨੱਚੀ। ਉਹਨੇ ਦੇ ਕਾਪੀਆਂ ਤੇ ਕਾਪੀਆਂ, ਦੇ ਪੈਸੇ ਤੇ ਪੈਸਾ, ਦੇ ਪੈਸੇ ਤੇ ਪੈਸਾ, ਚੰਗਾ ਪੈਸਾ ਮੈਨੂੰ ਉੱਥੋਂ ਸ਼ਰਾਬ ਪੀ ਕੇ। ਅੱਛਾ। ਉਸਤਾਦ ਜੀ ਇੰਨਾ ਕੁ ਪੈਸਾ ਉਹਨੇ ਸਿੱਟਿਆ ਕਿ ਮੇਰੇ ਜਿਹੜੇ ਸੀ ਨਾ ਸਾਊਂਡ ਵਾਲੇ ਇੱਧਰ ਉੱਧਰ ਦੇ ਲੋਕ, ਉਹਨਾਂ ਨੇ ਸਾਰੇ ਪੈਸੇ ਚੁੱਕਣੇ। ਮੁਸ਼ਤਾਕੋ ਵੀ ਮੇਰੇ ਮਗਰ ਹੀ। ਤੂੰ ਨਹੀਂ ਚੁੱਕੇ? ਮੈਂ ਤਾਂ ਨੱਚਣ ਡਈ ਸੀ, ਮੈਂ ਚੁੱਕਣੇ ਸੀ। ਤੇਰਾ ਕੰਮ ਵੱਲ ਧਿਆਨ? ਮੇਰਾ ਕੰਮ 'ਤੇ ਧਿਆਨ ਸੀ। ਉਸਤਾਦ ਜੀ ਯਕਦਮ ਉੱਥੇ ਇੱਕ ਮੁੰਡਾ ਆਇਆ, ਤਕਰੀਬਨ ਕੋਈ 25-26 ਸਾਲ ਦਾ ਹੋਣਾ ਮੁੰਡਾ। ਉਹ ਕੌਣ ਸੀ? ਭਰਾ ਬਣਿਆ ਸੀ ਮੇਰਾ ਉੱਥੇ ਇੱਕ। ਤੇਰਾ ਭਰਾ ਬਣਿਆ ਸੀ? ਉਹ ਕੌਣ ਸੀਗਾ? ਉਹ ਸੇਲ ਦਾ ਮਾਮੂ ਲੱਗਾ ਨਾ, ਭਰਾ ਇਹਦਾ ਬਣਿਆ ਸੀ ਨਾ, ਇਹਦਾ ਜੋ ਭਰਾ ਹੋਇਆ ਤੇ ਸੇਲ ਦਾ ਮਾਮੂ ਨਾ ਹੋਇਆ। ਤੇਰੇ ਹੀ ਆ ਮੈਂ। ਅੱਛਾ ਜੀ। ਇੰਜ ਕਰਕੇ ਉਹਨੇ ਪੈਸੇ ਪੂਸੇ ਸਿੱਟੇ, ਸ਼ਰਾਬਾਂ ਪੀਤੀਆਂ ਹੋਈਆਂ ਸੀ ਉਹਨਾਂ ਨੇ। ਮੈਂ ਚੰਗਾ ਟਕਾ ਕੇ ਨੱਚੀ ਸਾਰੀ ਰਾਤ। ਅੱਛਾ। ਜਦੋਂ ਪੈਸੇ ਪੂਸੇ ਸਾਰੇ ਇਕੱਠੇ ਕਰਕੇ ਨਾ, ਤੇ ਮੁਸ਼ਤਾਕੋ ਕਹਿੰਦੀ, ਨੀ ਜੂਸੀ, ਨੀ ਖੁਸ਼ਬੂ? ਮੈਂ ਕਿਹਾ ਹਾਂਜੀ ਅੰਮੀ। ਚੱਲ ਕਹਿੰਦੀ, ਦੌੜ ਚਲੀਏ ਘਰ ਨੂੰ। ਅਸੀਂ ਸਾਰਾ ਪੈਸਾ ਪੂਸਾ ਲੈ ਕੇ ਘਰ ਨਿਕਲਦੇ ਤੜਕੇ। ਉਹਨੂੰ ਉੱਥੇ ਬਦਮਾਸ਼ ਨੇ ਉਲਟੀਆਂ ਕੀਤੀਆਂ, ਬੁਰੇ ਹਾਲ ਉਹਨਾਂ ਦੇ, ਉੱਥੇ ਹੀ ਪਿਆ। ਅਸੀਂ ਵਾਪਸ ਸਾਜ ਜਾ ਕੇ ਪੈਸੇ ਨੇ ਤਹਿਵਾ ਤੂਹਾਂ ਲਾਈਆਂ ਵਾ, ਸੈੱਟ ਮੈਟ ਕੀਤੇ ਆ, ਸਾਰਿਆਂ ਨੇ ਆਪਣੇ ਆਪਣੇ ਹਿੱਸੇ ਦੇ ਪੈਸੇ ਲੈ ਕੇ ਨਿਕਲ ਗਏ। ਓਕੇ। ਤੇਰੇ ਕਿੰਨੇ ਬਣੇ? ਮੇਰੇ ਕੋਲ ਤਕਰੀਬਨ ਹੋਣਾ ਮਸੀਂ 37-47 ਹਜ਼ਾਰ ਰੁਪਈਆ ਮੇਰੇ ਕੋਲ ਬਚਿਆ ਸਰ। ਅੱਛਾ। ਉਹਨੇ ਕਿੰਨੇ ਸਿੱਟੇ ਸੀ? ਉਹਨੇ ਪਤਾ ਨੀ ਕਿੰਨੇ ਸਿੱਟੇ, ਕੋਈ 5-5 ਹਜ਼ਾਰ ਦੀਆਂ ਥੱਦੀਆਂ ਬਣਾਉਣ ਡਿਆ ਸੀ, ਕੋਈ 10 ਲੱਖ ਰੁਪਈਆ ਸਿੱਟਤਾ ਉਹਨੇ ਤਕਰੀਬਨ ਮੇਰੇ ਹਿਸਾਬ ਨਾਲ। ਨਹੀਂ 8-10 ਤਾਂ ਨਹੀਂ, 5-6 ਹਜ਼ਾਰ, 5-6 ਲੱਖ ਰੁਪਈਆ ਸਾਡੇ ਤੇ ਜ਼ਾਇਆ ਕਰ। ਅੱਛਾ। ਆਪ ਵੀ ਨਿਕਲ ਗਏ ਸਾਰੇ। ਫਿਰ ਉਸਤਾਦ ਜੀ ਸੁਬਹਾ 9-10-11-12 ਵਜੇ ਦਾ ਟਾਈਮ, ਔਂਤਰਾ ਫਿਰ ਜੀਭ ਲੈ ਕੇ ਆ ਗਿਆ। ਉਹੀ ਬਦਮਾਸ਼ ਨਸ਼ਾ ਉਹਦਾ ਲੈ ਗਏ ਆ, ਕਾਪੀਆਂ ਉਹਨੇ ਫੜੀਆਂ ਹੋਈਆਂ ਹਿਸਾਬ ਵਾਲੀਆਂ, ਜਿਹੜੇ ਰਾਤੀ ਲਟਾਏ ਸੀ ਪੈਸੇ। ਉੱਤੋਂ ਘਰ ਵੀ ਕੋਈ ਨਾ, ਮੁਸ਼ਤਾਕੋ ਵੀ ਗੈਪ, ਸਾਊਂਡ ਵਾਲਾ ਵੀ ਗੈਪ, ਡਾਕਟਰ ਔਂਤਰਾ ਵੀ ਗੈਪ, ਕੱਲੀ ਮੈਂ ਘਰ। ਬਦਮਾਸ਼ ਆਪਣੇ ਅਕਾਊਂਟੈਂਟ ਨੂੰ ਨਾਲ ਲੈ ਗਏ। ਅੱਛਾ। ਸਵੇਰੇ ਕਿਤੇ ਉਹਨੇ ਸ਼ਰਾਬ ਪੀਤੀ ਤੇ ਉਹਨੇ 5-6 ਲੱਖ ਸਿੱਟਤਾ, ਜਦੋਂ ਉਹਨੂੰ ਹੋਸ਼ ਆਈ ਸ਼ਰਾਬ ਲੱਥੀ ਤੋਂ ਵਾਪਸ ਆ ਗਿਆ ਲੈਣ ਕਾਪੀਆਂ ਲੈ ਕੇ। ਅੱਛਾ। ਫਿਰ ਫੇਰ ਕੇ ਕਹਿੰਦਾ ਯੂਸੀ ਮਹਿਕ, ਇੰਜ ਕਰਕੇ ਉਹਦਾ ਅੱਖਾਂ ਚੱਖਾ ਪਾ ਕੇ ਫੇਰ ਦੇਖਾ ਤੇ ਮੇਰੇ ਦੇਖੇ ਹੀ ਨਾ, ਪੈਸੇ ਕੱਢ ਕੇ ਨਾ। ਕਿਹੜੇ? ਜਿਹੜੇ ਰਾਤੀ ਲਟਾਏ ਸੀ। ਮੈਂ ਤੈਨੂੰ ਕਹਿੰਦੀ ਉਹ ਵਾਪਸ ਲੈਣ ਆ ਗਿਆ, ਉਹਦਾ ਨਜ਼ਾ ਲੱਤ ਗਿਆ, ਉਹ ਵਾਪਸ ਲੈਣ ਆ ਗਿਆ। ਮੈਂ ਵੀ ਪਰੇਸ਼ਾਨ, ਪਹਿਲਾ ਫੰਕਸ਼ਨ ਸੀ ਮੇਰਾ, ਮੈਂ ਕਿਹਾ ਇਹ ਕੀ ਚੱਕਰ ਸੀ? ਉਹ ਕਹਿੰਦਾ ਮੇਰੇ ਪੈਸੇ ਦੇ। ਮੇਰੇ ਕੋਲ ਤਕਰੀਬਨ ਕੋਈ 36-35 ਹਜ਼ਾਰ ਰੁਪਈਆ ਸੀ, ਉਹ ਤਾਂ ਉਹਨੇ ਖੋਹ ਲਿਆ ਚਪੇੜਾ ਚਪੂੜਾ ਮਾਰ ਕੇ, ਘਸੂਨੇ ਪੇੜੇ ਚੰਗੇ। ਹੁਣ ਮੈਂ ਸੋਚੀ ਪਈ ਤੇ ਕਹਿੰਦਾ ਕਿੱਦਾਂ ਮੋੜਨੇ ਪੈਸੇ? ਮੈਂ ਕਿਹਾ ਤੂੰ ਲੁਟਾ ਕਿੰਨੇ ਬੈਠਾ ਸੀ ਇਹ ਤਾਂ ਦੱਸ ਦੇ। ਕਹਿੰਦਾ 4.5 ਲੱਖ ਰੁਪਈਆ। ਤੇ ਮੈਂ ਕਿਹਾ ਮੇਰੇ ਕੋਲ ਤਾਂ ਬਾਕਸ ਹਾਰ ਨਿਕਲਿਆ। ਕਹਿੰਦਾ ਬਾਕੀਆਂ ਦੇ ਮੈਂ ਕੀ ਜਾਣਦਾ, ਮੈਂ ਤੇਰੇ ਤੋਂ ਸਿੱਟੇ। ਹਾਂ। ਬੰਦੇ ਦਾ ਐਡਰੈਸ ਹੈ ਤੇਰੇ ਕੋਲ? ਆਹੋ ਹੈਗਾ ਐਡਰੈਸ, ਲਿਜਾਊਂਗੀ ਤੈਨੂੰ ਬਿਲਕੁਲ। ਉੱਧਰ ਦੇਣ ਲੱਗਾ ਪੈਸੇ, ਕੋਈ ਟੈਨਸ਼ਨ ਹੀ ਨਹੀਂ। ਰਿਕਾਰਡ ਰੱਖਦਾ, ਕੋਡ ਵੀ ਤੁਹਾਨੂੰ ਕਿਉਂ ਦਵਾਂ? ਦਾਈ ਤਾਂ ਸਹੀ ਨਾ, ਦਾ ਤਾਂ ਸਹੀ। 4.5 ਲੱਖ ਦੇਣਾ ਜਿੰਨੇ ਇਹਨੂੰ ਚਾਹੀਦੇ ਨੇ। ਕਿੰਨੇ ਚਾਹੀਦੇ ਤੈਨੂੰ? 4.5 ਲੱਖ ਤਾਂ ਉਹਦਾ ਦੇਣਾ ਵਾ। ਹਾਂ। 4 ਲੱਖ ਤੇ 15 ਹਜ਼ਾਰ ਰੁਪਈਆ 35 ਤੂੰ ਦੇਤਾ? 35 ਮੈਂ, 4-15 ਤਾਂ ਦੇਣਾ। ਨਹੀਂ, ਵਿੱਚੋਂ ਮੈਂ 6 ਮਹੀਨੇ ਨੱਚੀ ਵੀ ਆ ਉਹਦੇ ਅੱਗੇ, ਉਹ ਵੀ ਕਟੌਤੀ ਹੋਣੀ ਹਾਲੇ। ਔਰ ਡਿਸਕਸਟਿੰਗ ਯਾਰ। ਫਰੀ ਦਾ ਫੈਸਲਾ ਹਲੇ ਠਹਿਰ ਜਾ, ਹਲੇ ਫੜ ਲੈ, ਹਿਸਾਬ ਕਰ ਲੈ, ਉਹਦਾ ਮੈਂ ਤੇਰੀ ਜਿਹੜਾ ਫਾਈਨਲ ਹੋਏਗਾ ਨਾ ਫਿਰ ਤੇਰੇ ਕੋਲ ਅਸੀਂ ਲੈ ਲਾਂਗੇ। ਅੱਛਾ, 6 ਮਹੀਨੇ ਮਤਲਬ ਕੀ ਹਿਸਾਬ? ਮੈਂ ਜਿੰਨੇ ਕੁ ਨੱਚ ਕੇ ਲਾ ਸਕੀ ਲਾ ਲਾਂਗੇ, ਬਾਕੀ ਮੈਂ ਤੇਰੇ ਕੋਲ ਲੈ ਲੂੰਗੀ। ਅੱਛਾ। ਉਸਤਾਦ ਜੀ ਉਹ ਨਾ, ਉਹ ਪਤਾ ਨਹੀਂ ਕੀ ਦਿਮਾਗ ਸੀ ਉਹਦਾ ਕੀ ਨਹੀਂ, ਉਹਨੇ ਮੇਰੇ ਕੋਲ ਵੀ ਪੈਸੇ ਖੋਲਿਆ ਤੇ ਮੈਨੂੰ ਕਹਿੰਦਾ ਬਾਕੀ ਦੇ ਪੈਸੇ ਦੇ। ਮੈਂ ਕਿਹਾ ਮੈਂ ਤਾਂ ਇਕੱਲੀ ਇੱਥੇ ਰਹਿਣੀ, ਮੈਂ ਤੈਨੂੰ ਕਿੱਥੋਂ ਪੈਸੇ ਦਊਂਗੀ? ਕਹਿੰਦਾ ਬਸ ਫਿਰ ਮੈਂ ਇੱਦਾਂ ਕਰਿਆ ਕਰਨਾ ਕਿ ਤੂੰ ਮੇਰੇ ਨਾਲ ਮੁੱਕ ਮੁਕਾ ਕਰ ਲਾ। ਵਾਦਾ। ਮੈਂ ਕਿਹਾ ਉਹ ਕਾਹਦਾ ਮੁੱਕ ਮੁਕਾ ਕਰਨਾ? ਕਹਿੰਦਾ ਮੈਂ ਰੋਜ਼ਾਨਾ ਤੇਰਾ ਗਾਣਾ ਸੁਣਿਆ ਕਰਨਾ, ਆਣ ਕੇ 1200 ਰੁਪਈਆ 1300 ਰੁਪਈਆ ਫੀ ਗਾਣੇ ਦਾ ਮੈਂ ਉਹਦੇ ਨਾਲ ਮੁੱਕ ਲਿਆ।
ਮਤਲਬ 1200 ਕੱਟਣ ਸਿੱਟਣੇ ਨਹੀਂ ਉਹਨੇ ਉਹਨੇ ਪੈਸੇ ਨਹੀਂ ਸਿੱਟਣੇ ਸਿਰਫ ਆਣ ਕੇ ਬਹਿਣਾ ਵਾ ਤੇ ਮੈਂ ਉਹਦੇ ਅੱਗੇ 7-8 ਮਿੰਟ ਦਾ ਗਾਣਾ ਕਰਕੇ ਨੱਚਣਾ ਤੇ ਉਹਦਾ 1200 ਕੱਟਿਆ 1200 ਕੋਈ ਏਦਾਂ ਉਹਨੇ ਪੈਸੇ ਲਾਉਣੇ ਤੂੰ ਉਹਦੇ ਏਦਾਂ ਉਹਦੇ ਨਾਲ ਮੈਂ ਕਮਿਟਮੈਂਟ ਕਰ ਲਈ ਨਾ ਲਿਖ ਲਿਖਾ ਯਾਰ ਉਹ ਕਛਮ ਵਾਲਿਆਂ ਦਾ ਬਦਮਾਸ਼ ਸੀ ਦੇਖੋ ਨਾ ਕਛਮ ਵਾਲਿਆਂ ਦਾ ਤਮਾਸ਼ ਵੀ ਉਹਨੂੰ ਪੈਸੇ ਲੱਥ ਗਏ ਨੇ ਕਿ ਨਹੀਂ ਲੱਥੇ ਖੈਰ ਜਾ ਹਾਲੇ ਤੇ ਨੱਚਣਾ ਉਹਨੇ ਸਬਰ ਕਰ ਤੈਨੂੰ ਕਾਹਦੀ ਪ੍ਰੋਬਲਮ ਬੈਠੀ ਇੱਥੇ ਹਾਂਜੀ ਸਾਜੀ ਮੈਂ ਪਹਿਲਾ ਗਾਣਾ ਮੈਂ ਉਹਦੇ ਨਾਲ ਹੁਣ ਉਹ ਬਦਮਾਸ਼ ਤੇ ਮੈਂ ਮੰਨ ਗਈ ਹਾਂ ਕਹਿੰਦਾ 1200-1300 ਰੁਪਈਆ ਇੱਕ ਗਾਣੇ ਦਾ ਤੂੰ ਮੇਰੇ ਅੱਗੇ ਨੱਚਿਆ ਕਰਨਾ ਮੈਂ ਕਿਹਾ ਠੀਕ ਆ ਉਸਤਾਦ ਜੀ ਇੱਕ ਦਿਨ ਨਾ ਬੈਠਾ ਹੋਇਆ ਮੈਂ ਡਾਂਸ ਸ਼ਰਾਬ ਦਾ ਅਸਰ ਹੋਣਾ ਹੀ ਆ ਹਲੇ ਜਿਹੜਾ 1200-1300 ਇਹਨੂੰ ਗਾਣੇ ਦਾ ਫੇਰ ਕਹਿ ਗਿਆ ਆਹੋ ਥੋੜਾ ਬਹੁਤ ਹੋਏਗਾ ਅੱਛਾ ਫੇਰ ਪਹਿਲੇ ਗਾਣੇ ਤੇ ਮੈਂ ਨੱਚੀ ਤੋਂ 3 ਮਿੰਟ ਦਾ ਗਾਣਾ ਤੇ ਮੈਂ ਉਹ ਕਾਪੀ ਨਾਲ ਆਪਣੇ ਬੈਗ 'ਚ ਰੱਖੀ ਹੋਈ ਮੈਂ ਅੱਜ ਕਰਕੇ ਗਾਣਾ ਕਰਕੇ ਹਟੀ ਮੈਂ ਕਾਪੀ ਚੁੱਕੀ 1200 ਕੱਟਦਾ ਮੈਂ ਕਿਹਾ ਜੀ ਇਹਦੇ ਉੱਪਰ ਲਿਖ ਦਿਓ 1200 ਕੱਟਿਆ ਸਾਈਨ ਕਰ ਦਿਓ ਸਾਈਨ ਕਰ ਦਿਓ ਤੇ ਉਹ ਕਹਿੰਦਾ ਇਹ ਗਾਣਾ 3 ਮਿੰਟ ਦਾ ਸੀ ਤਾਂ 900 ਲਾ ਰੇਟ ਕਰ ਦਿੰਦੇ ਆ ਰੇਟ ਕਰਨ ਲੱਗ ਪਿਆ ਮੈਂ ਕਿਹਾ ਨੱਚੀ ਤਾਂ ਪੂਰਾ ਵਾ ਨਾ ਮੈਂ ਕਿੰਨੇ ਦਾ 900 ਲਾ 600-1500 ਚੱਲਦਾ ਰਿਹਾ ਸੁਬਹ ਤੋਂ ਲੈ ਕੇ ਸ਼ਾਮ ਤੱਕ ਘੰਟੇ ਘੰਟੇ ਬਾਅਦ ਔਂਤਰਾ ਪਾਣੀ ਕਿੱਥੋਂ ਕੁੱਪੀ ਪੀ ਕੇ ਆ ਜਾਂਦਾ ਸੀ ਘੰਟੇ ਕੁ ਬਾਅਦ 2 ਘੰਟਿਆਂ ਬਾਅਦ ਜਾਣਾ ਪਤਾ ਨੀ ਕਿੱਥੋਂ ਆਵਾ ਗਾਉਣ ਫਿਰ ਫਿਰਾ ਕੇ ਆ ਕੇ ਤੇ ਮੈਨੂੰ ਕਹਿੰਦਾ ਨੱਚ ਨੀ ਤੈਨੂੰ ਕਾਹਦੀ ਏਡੀ ਗੈਰਤ ਜਾਗਣ ਦੀ ਆ ਨੱਚਣੀ ਕਿਹਾ ਨਹੀਂ ਤੇ ਤੇਰੀ ਕੀ ਲੱਗਦੀ ਆ ਤੂੰ ਉਹਨੂੰ ਮਤਲਬ ਢਿੱਡੋ ਅਗਰ ਕੋਈ ਅੰਦਰੂਨੀ ਰਿਸ਼ਤਾ ਕਿਹੜਾ ਅੰਦਰੂਨੀ ਇੱਕ ਦਿਨ ਮੈਂ ਨੱਚਣ ਡੇ ਤੇ ਨਾਲ ਇੱਕ ਬੁੱਢੀ ਆ ਗਈ ਉੱਥੇ ਫੇਰ ਓਏ ਉਹਦੀਆਂ ਜ਼ੁਲਫਾਂ ਨਾ ਅੱਖ 'ਚ ਮਰਾ ਲਈ ਪਰੇ ਜਾ ਕੌਣ ਸੀ ਬੁੱਢੀ ਕੌਣ ਅੱਛਾ ਫੇਰ ਉਸਤਾਦ ਜੀ ਮੈਂ ਇੱਕ ਦਿਨ ਇੱਦਾਂ ਹੀ ਜਦੋਂ ਨਾ ਹੁਣ ਘੰਟੇ ਘੰਟੇ ਬਾਅਦ ਤਾਂ ਆਣ ਕੇ ਮੁਜਰਾ ਸੁਣਦਾ ਸੀ ਹਾਂ ਮੇਰਾ ਹਾਂ ਓਏ ਇੱਕ ਦਿਨ ਨਾ ਕਿਤੇ ਸੋਹਣੀ ਸ਼ਰਾਬ ਪੀ ਆਇਆ ਅੱਛਾ ਚੰਗੀ ਚੰਗੀ ਤੇ ਪਹਿਲਾ ਗਾਣਾ 15 ਮਿੰਟ ਦਾ ਕੀਤਾ ਮੈਂ ਦੂਜਾ ਗਾਣਾ ਵੀ 15 ਮਿੰਟ ਦਾ ਤੀਜਾ ਗਾਣਾ ਹਾਲੇ ਤੱਕ ਹੋਇਆ ਤੇ ਬੱਤੀ ਬੰਦ ਹੋ ਗਈ ਉਹ ਹੁਣ ਮੈਂ ਸਾਹ ਤਾਂ ਲੈਣੇ ਸੀ ਮੈਂ ਪਾਣੀ ਸ਼ਾਣੀ ਪੀਤਾ ਆਪਣੇ ਬੜੇ ਸਕੂਨ ਨਾਲ ਤੇ ਜਦੋਂ ਮੈਂ ਅਗਲਾ ਗਾਣਾ ਕਰਕੇ ਉਦੋਂ ਕੋਈ ਕਾਪੀ ਅੱਗੇ ਸਾਹਮਣੇ ਕੀਤੀ ਤੇ ਮੈਂ ਕਿਹਾ ਪਹਿਲੇ ਗਾਣੇ ਦਾ 1500 ਕੱਟਿਆ ਗਿਆ ਦੂਜੇ ਗਾਣੇ ਦਾ 1500 ਰੁਪਇਆ ਕੱਟਿਆ ਗਿਆ ਆਹ ਤੀਸਰੇ ਗਾਣੇ ਤੇ ਲਾਈਟ ਬੰਦ ਹੋਈ ਆ ਤੇ ਚੌਥੇ ਗਾਣੇ ਦੇ 1500 ਰੁਪਇਆ ਪਾ ਕੇ ਤੇਰਾ 5500 ਰੁਪਇਆ ਕੱਟਿਆ ਗਿਆ ਉਹ ਕਹਿੰਦਾ ਲਾਈਟ ਬੰਦ ਵਾਲਾ ਗਾਣੇ ਨਹੀਂ ਵਿੱਚ ਲਿਖਿਆ ਉਹ ਨਹੀਂ ਲਿਖਣਾ ਉਹ ਨਹੀਂ ਕਹਿੰਦਾ ਵਿੱਚ ਕਹਿੰਦਾ ਲਾਈਟ ਬੰਦ ਵਾਲਾ ਤਾਂ ਮੈਂ ਦੇਖਿਆ ਨਹੀਂ ਤੂੰ ਵੀ ਬੈਠੀ ਨਹੀਂ ਮੈਂ ਵੀ ਬੈਠਾ ਰਿਹਾ ਨਹੀਂ ਇਹ ਵਾਕਿਆ ਜ਼ਿਆਦਤੀ ਹੈ ਉਹਨੇ ਭਾਈ ਉਹ 1500 ਲਿਖ 4500 ਲਿਖਿਆ ਉਹ ਤਾਂ ਬਣਦਾ ਵੀ ਨਹੀਂ ਸੀ ਨਹੀਂ ਉਹਦਾ ਬੰਦੇ ਸੀ ਬਣਦਾ ਲਾਈਟ ਬੰਦ ਦਾ ਕਦੋਂ ਹੁੰਦਾ ਵੇਖੋ ਭਾਵੇਂ ਤੇਰੀ ਇੱਜ਼ਤ ਆ ਲੇਕਿਨ ਅਸੂਲ ਅਸੂਲ ਸਹੀ ਹੈ ਲਾਈਟ ਬੰਦ ਦਾ ਨਹੀਂ ਬਣਦਾ ਲਾਈਟ ਬੰਦ ਹੋ ਗਈ ਹਾਂ ਉਸਤਾਦ ਜੀ ਇਹਨੂੰ ਮੈਂ ਨਿਦਾ ਚੌਧਰੀ ਦਾ ਵੀ ਵੇਖਿਆ ਡਰਾਮੇ 'ਚ ਏਡੀ ਬੁਰੀ ਹਾਲਤ ਨਹੀਂ ਹੋਈ ਇਮਲੀ ਤਾਂ ਨਾਲ ਰੋਟੀ ਅੱਛਾ ਫਿਰ ਨਿਦਾ ਚੌਧਰੀ ਕਿੱਥੇ ਖੁਸ਼ਬੂ ਮਹਿਕ ਕਿਤੇ ਫੇਰ ਕੁੱਪੀ ਪੀ ਕੇ ਆਇਆ ਉਸ ਦਿਨ ਤੇ ਮੈਂ ਨੱਚਣ ਲੱਗੀ ਤੇ ਮੈਨੂੰ ਕਹਿੰਦਾ ਯੂਸੀ ਮਹਿਕ ਤੂੰ ਅੱਜ ਬਹਿ ਜਾ ਖਬਰੇ ਮਾਫ ਕਰਨ ਲੱਗਾ ਪੈਸੇ ਹੁਣ ਤਾਂ ਮੈਨੂੰ ਸਕੂਨ ਹੋਊਗਾ ਉਸਤਾਦ ਜੀ ਔਂਤਰੇ ਨੇ 11 ਵਜੇ ਦਾ ਸ਼ੁਰੂ ਹੋਇਆ 3 ਵਜੇ ਤੱਕ ਆਪ ਹੀ ਨੱਚੀ ਜਾਵੇ ਮੈਂ ਉਹਨੂੰ ਕਹਾਂ ਰੁਕ ਜਾ ਹੁਣ ਰੁਕ ਜਾ ਭੋਰਾ ਪਾਣੀ ਪੀ ਲਾ ਸਾਹ ਲੈ ਉਹ ਕਿਉਂ ਨੱਚਿਆ ਉਹ ਵੀ ਸੁਣ ਲਾ ਕਿਉਂ ਨੱਚਿਆ ਨੱਚ ਨੁੱਚ ਕੇ ਕਹਿੰਦਾ ਮੇਰੇ ਕਿੰਨੇ ਪੈਸੇ ਰਹਿ ਗਏ ਤੇਰੇ ਤੂੰ ਕਿਹਾ 30 ਮੈਂ ਕਿਹਾ 30,000 ਰੁਪਇਆ ਕਹਿੰਦਾ 4 ਘੰਟੇ ਮੈਂ ਨੱਚਿਆ ਮੈਂ 30 ਫੇਰ ਭਲਾ 60 ਹੋ ਗਿਆ ਮੈਂ ਕੱਲ੍ਹ ਤੋਂ ਫੇਰ ਆਊਂਗਾ ਉਸਤਾਦ ਜੀ ਜਦੋਂ ਨਾ ਉਹਨੇ ਕਿਹਾ 60,000 ਤੇ ਗੱਲ ਹੋ ਗਿਆ ਤੇ ਮੈਂ ਬੜੀ ਪਰੇਸ਼ਾਨ ਮੇਰੀਆਂ ਅੱਖਾਂ 'ਚ ਨਾ ਹੰਝੂ ਆਉਣ ਲੱਗ ਪਏ ਮੈਂ ਕਿਹਾ ਤਾਂ ਮਾੜਾ ਕੰਮ ਕਰਨ ਡਿਆ ਵਾ ਇਹ ਪੈਸੇ ਆਪਣੇ ਹੋਰ ਤਰ੍ਹਾਂ ਦੇ ਗਿਣੀ ਜਾਂਦਾ ਉਸਤਾਦ ਜੀ ਉਹਨੇ ਮੈਨੂੰ ਇੱਥੋਂ ਜੂੜੇ ਤੋਂ ਫੜਿਆ ਬਾਹਰ ਗਲੀ 'ਚ ਨਾ ਖਿੱਚ ਲਿਆ ਅੱਛਾ ਠਹਿਰ ਜਾ ਲਿਓ ਉਹਨੇ ਸਿਰਫ ਖਿੱਚਿਆ ਉਹਨੇ ਕੁਛ ਕੀਤਾ ਤਾਂ ਨਹੀਂ ਨਾ ਗਲੀ 'ਚੋਂ ਖਿੱਚ ਕੇ ਮੈਨੂੰ ਚੌਂਕ 'ਚ ਲੈ ਗਿਆ ਅੱਛਾ ਚੌਂਕ 'ਚ ਉਸਤਾਦ ਜੀ ਉਹਨੇ ਮੇਰਾ ਜਦੋਂ ਪਹਿਲੀ ਚਪੇੜ ਮਾਰੀ ਨਾ ਤਾਂ ਇੱਧਰਲਾ ਪਾਸਾ ਜਿਹੜਾ ਮੇਰਾ ਇੱਦਾਂ ਸੀ ਨਾ ਯਕਦਮ ਇੱਦਾਂ ਹੋ ਸਿੱਧਾ ਹੋਇਆ ਥੋੜ੍ਹਾ ਸਿੱਧਾ ਜਿਹਾ ਹੋਇਆ ਯਾਰ ਠਹਿਰ ਜਾ ਹਾਲੇ ਉਹਨੇ ਚਪੇੜ ਹੀ ਮਾਰੀ ਨਾ ਉਹਨੇ ਕੁਛ ਕੀਤਾ ਤਾਂ ਨਹੀਂ ਨਾ ਠਹਿਰ ਜਾ ਸਾਹ ਜਦੋਂ ਉਹਨੇ ਦੂਸਰੀ ਚਪੇੜ ਮਾਰੀ ਨਾ ਤੇ ਮੈਂ ਵੀ ਜ਼ਰਾ ਥੋੜ੍ਹਾ ਜਿਹਾ ਪੋਜੀਸ਼ਨ 'ਚ ਆਉਣਾ ਸ਼ੁਰੂ ਹੋ ਗਿਆ ਅੱਛਾ ਯਾਨੀ
ਯੂਸੀ ਵਾਪਸ ਹੋਣਾ ਸ਼ੁਰੂ ਉਹ ਜ਼ੇਨ ਚ ਰੱਖਿਓ 6 ਮਹੀਨੇ ਹੋ ਗਿਆ ਸੀ ਚਪੇੜ ਵੱਜੀ ਤੇ ਕੰਮ ਸ਼ੁਰੂ ਹੋਇਆ ਅੱਛਾ ਦੂਜੀ ਵੀ ਖੈਰ ਜਾ ਲੈ ਦੋ ਚਪੇੜਾਂ ਵੱਜੀਆਂ ਉਹਨੇ ਕੁਛ ਉਹਨੇ ਕੀਤਾ ਤੇ ਨਾ ਲੈ ਅੱਛਾ ਫਿਰ ਤੀਜੀ ਚਪੇੜ ਮਾਰੀ ਉਸਤਾਦ ਜੀ ਮੈਂ 5 ਫੁੱਟ ਦੂਰ ਰਿੜਦਾ ਗਿਆ ਤੇ ਪਿੱਛੇ ਜਲੇਬੀਆਂ ਵਾਲੀ ਦੁਕਾਨ ਸੀ ਯਾਰ ਹਾਲੇ ਰਿੜਦਾ ਗਿਆ ਵਾ ਉਹਨੇ ਹਾਲੇ ਕੋਈ ਕੋਈ ਗਲਤ ਕੰਮ ਨਹੀਂ ਕੀਤਾ 3 ਚਪੇੜਾਂ ਹੀ ਮਾਰੀਆਂ ਨਾ ਹਾਲੇ ਤੇ ਰਿੜੇ ਆਈ ਠਹਿਰ ਅੱਛਾ ਤਿੰਨਾਂ ਚਪੇੜਾਂ ਦੇ ਵਿੱਚ ਮੇਰੀਆਂ ਤਿੰਨੇ ਸਾਈਡਾਂ ਜਿਹੜੀਆਂ ਮਰਦਾਵਾਂ ਹੋ ਗਈਆਂ ਓਕੇ ਮਰਦਾਵਾਂ ਹੋ ਗਈਆਂ ਮਤਲਬ ਯੂਸੀ ਵਾਪਸ ਆ ਗਿਆ ਜ਼ਰੇ ਖਤਮ ਹੋ ਗਿਆ ਅੱਛਾ ਉਸਤਾਦ ਜੀ ਉਹਨੇ ਜਦੋਂ ਖੱਬੇ ਹੱਥ ਨਾਲ ਸ਼ੁਰੂ ਇੱਧਰ ਕੀਤੀ ਨੇ ਇੱਧਰ ਹੀ ਗਲਤ ਚਪੇੜ ਮੇਰੇ ਮਾਰੀ ਚੌਥੀ ਇੱਧਰਲੀ ਬਾਂਹ ਵੀ ਮੇਰੀ ਇੰਜ ਕਰਕੇ ਮੈਂ ਚੌਕਸ ਪੂਰਾ ਯੂਸੀ ਵਾਪਸ ਤਾਂ ਜੀ ਮੈਨੂੰ ਖੇਚ ਚੜ ਗਈ ਆ ਮੈਂ ਇੰਜ ਕਰਕੇ ਜਲੇਬੀਆਂ ਵਾਲੇ ਨੂੰ ਮੈਂ ਕਿਹਾ ਭਰਾ ਆਇਆ ਉਹਦੀ ਦੁਕਾਨ ਤੇ ਕੈਂਚੀ ਪਈ ਸੀ ਮੈਂ ਕੈਂਚੀ ਚੁੱਕੀ ਹੇਠਾ ਇੱਕ ਮਿੰਟ ਠਹਿਰ ਜਾ ਮੇਰਾ ਕਿਹਦੀ ਦੁਕਾਨ ਤੋਂ ਚੁੱਕੀ ਜਲੇਬੀਆਂ ਵਾਲੀ ਦੁਕਾਨ ਤੋਂ ਕੈਂਚੀ ਚੁੱਕੀ ਮੈਂ ਜੀ ਜਲੇਬੀਆਂ ਵਾਲੀ ਦੁਕਾਨ ਤੇ ਕੈਂਚੀ ਕੀ ਕਰਦੀ ਹੈ ਜਲੇਬੀਆਂ ਦਾ ਨੇਵਾ ਕੱਟਣ ਡਿਆ ਸੀ ਨਹੀਂ ਨਹੀਂ ਜਲੇਬੀਆਂ ਵਾਲੀ ਦੁਕਾਨ ਤੇ ਕਿਹੜੀ ਕੈਂਚੀ ਹੁੰਦੀ ਹੈ ਮੈਂ ਨਹੀਂ ਸੁਣੀ ਆਈ ਜਲੇਬੀਆਂ ਕੱਟ ਕੇ ਦਿੰਦਾ ਨਹੀਂ ਨਹੀਂ ਤਰਪਾਲ ਸੀਣੀ ਸੀ ਉਹਨੇ ਬਾਰਿਸ਼ ਦੇ ਸਮਾਂ ਚਲੋ ਠੀਕ ਹੈ ਅੱਛਾ ਕੈਂਚੀ ਨਾਲ ਤਰਪਾਲ ਕੌਣ ਸੀਂਦਾ ਤਰਪਾਲ ਕੱਟ ਕੇ ਉਹਨੇ ਤਰਪਾਲ ਸੀਣੀ ਸੀ ਕੈਂਚੀ ਹਜ਼ਾਰ ਲਿਆ ਅੱਛਾ ਯਾਰ ਦੁਕਾਨ ਸੈਟਿੰਗ ਅੱਛਾ ਮੈਂ ਮੰਨ ਲਿਆ ਯਾਰ ਤੁਸੀਂ ਯਕੀਨ ਹੀ ਨਹੀਂ ਕਰਨ ਡੇ ਮੇਰੀ ਗੱਲ ਤੇ ਅੱਛਾ ਜਦੋਂ ਮੈਂ ਕਹਿਣ ਡਿਆ ਉਹਨੇ ਕੈਂਚੀ ਇੰਜ ਕਰਕੇ ਚੁੱਕੀ ਆ ਤੇ ਔਰਤ ਗੈਰ ਮਹਿਰਮ ਨੂੰ ਔਰਤ ਜ਼ੁਲਮ ਹੋਣੇ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ ਤੇ ਤੂੰ ਜ਼ੁਲਮ ਕੈਂਚੀ ਉਹਨੇ ਚੁੱਕੀ ਆ ਅੱਗੋ ਵੇਖ ਉਹਨੇ ਪਰੌਣਾ ਕਿੰਨੂ ਆ ਉਸ ਬਦਮਾਸ਼ ਦੀ ਮੈਂ ਇੰਜ ਕਰਕੇ ਨਾ ਕੈਂਚੀ ਮਾਰ ਕੇ ਇੰਜ ਕਰ ਸਿੱਟਿਆ ਡਿਸਟਰਬ ਕਰਤੀਆਂ ਅੱਛਾ ਫੇਰ ਇੰਜ ਕਰਕੇ ਮੈਂ ਕਲਾਬਾਜ਼ੀ ਮਾਰੀ ਆ ਤੇ ਨਾਲ ਗੋਲੇ ਵਾਲੀ ਰੇੜੀ ਉੱਥੋਂ ਫਿਰ ਮੈਂ ਚੱਕੀ ਛੁਰੀ ਜਲੇਬੀਆਂ ਵਾਲੀ ਦੁਕਾਨ ਤੋਂ ਕੈਂਚੀ ਚੁੱਕੀ ਮੁੜ ਕੇ ਗੋਲਿਆਂ ਵਾਲੀ ਰੇੜੀ ਤੋਂ ਛੁਰੀ ਚੁੱਕੀ ਉਸਤਾ ਜੀ ਉਹ ਤੀਲਾ ਜਦੋਂ ਕੱਟ ਕੇ ਦੋ ਕਰਦੇ ਨੇ ਨਾ ਉਹ ਗੋਲੇ ਵਿੱਚ ਖਰਾਬ ਹੋ ਗਿਆ ਮੈਂ ਨੀ ਉਸਤਾਦ ਜੀ ਫਿਰ ਦੇਖਿਆ ਕਿੱਥੇ ਵੱਜਦੀ ਕਿੱਥੇ ਨਹੀਂ ਵੱਜਦੀ ਬੱਲੇ ਉਧਰੋਂ ਮੇਰਾ ਅਲਹਮਦੁਲਿਲਾ ਮੈਂ ਇੰਜ ਕਰਕੇ ਭਾਈ ਬੁਰੇ ਲੋਕ ਵੀ ਹੁੰਦੇ ਯਾਰ ਉਸ 6 ਮਹੀਨਿਆਂ ਦੇ ਵਿੱਚ ਸਵਾਰਾਂ ਦੀਆਂ ਬੂਹਾਂ ਬੂਹਾਂ ਚੋਂਦੇ ਤੇ ਮੈਨੂੰ ਕਰਨਾ ਸੜਿਆ ਪਿਆ ਵਾ ਯਾਰ ਮੈਂ ਤੈਨੂੰ ਕੀ ਦੱਸਾਂ ਕਿਸ ਲਿਬਾਸ ਨਾਲ ਮੈਂ ਕੀ ਦਿਨ ਕੱਟੇ ਹੋਣਗੇ ਸਟਾਰ ਹੋ ਕਦੇ ਇਹਦਾ ਕੀ ਕਰਨਾ ਉਹ ਵੀ ਤੇਰੇ ਸਿਰ ਕਦੇ ਆਪਣੇ ਭਰਾ ਨੂੰ ਯਾਦ ਕਰ ਲੈ ਭਰਾ ਉੜੇ ਆ ਕਿ ਨਹੀਂ ਅੱਲਾ ਮਾ ਭਰਾਵਾਂ ਦੇ ਨਹੀਂ ਉਸਤਾਦ ਜੀ ਅਧਾਈਦਰ ਮੇਰਾ ਨਿੱਕਾ ਵੀਰ ਐ ਸਾਜੀ ਬਕੂਆ ਸੀ ਮੇਰਾ ਲਿਬਾਸ ਮੈਨੂੰ ਉੱਥੋਂ ਮਿਲਿਆ ਸਹੀ ਸਹੀ ਇਹ ਤਰ੍ਹਾਂ ਯਾਨੀ ਕਿ ਕੰਮ ਵਾਲੇ ਕੱਪੜੇ ਆ ਕੰਮ ਵਾਲੇ ਕੱਪੜੇ ਆ ਮੇਰਾ ਦਿਲ ਸੱਚੀ ਮੁੱਚੀ ਕਰਦਾ ਹੈ ਮੈਂ ਕਾਪੀਆਂ ਸਿੱਟਾਂ ਹੋਏ 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 ਸੁਰਖੀ ਲਾ ਜੀ ਸਿਰਫ ਇਹਦੇ ਵਿੱਚ ਸ਼ੌਕ ਹੀ ਆ ਬਾਕੀ ਤਬੀਅਤ ਬੜੀ ਖਰਾਬ ਹੁੰਦੀ ਮੈਂ ਤੁਹਾਨੂੰ ਅੱਗੇ ਬੁਵੇ ਦੱਸ ਕੇ ਹਟਿਆ ਅੱਲਾ ਮਾਫ ਫਰਮਾ ਆ ਦੇਖੋ ਓਏ ਬਗੈਰ ਦਾ ਗੁਜਰਾ ਮੇਲੇ ਚ ਪਰੌਠੇ ਵੀ ਲਾਏ ਦੁਆਣੇ ਵੀ ਵੇਚਣ ਡਿਆ ਲਓ ਜੀ ਨਾਦਰੀ ਉਹ ਉਸਤਾਦ ਜੀ ਇਸ ਲਿਬਾਸ ਦੇ ਵਿੱਚ ਜਿਹੜੀ ਮੇਰੀ ਹੋਈ ਨਾ ਇੱਕ ਫੰਕਸ਼ਨ ਤੇ ਮੈਂ ਚਲੇ ਗਈ ਮੁਸ਼ਤਾਕੋ ਦੇ ਨਾਲ ਉਸਤਾਦ ਜੀ ਫੰਕਸ਼ਨ ਤੇ ਮੈਂ ਗਈ ਤੇ ਉੱਥੇ ਨਾ
ਪੁਲਿਸ ਨੇ ਦੇਖੋ ਸਾਨੂੰ ਕੈਸਾ ਕੁੱਟਿਆ ਓਏ ਹੋਏ ਫੰਕਸ਼ਨ ਤੇ ਗਈ ਤੇ ਤਮਾਸ਼ਬੀਨ ਵੀ ਬੁਰੇ ਰੱਜ ਕੇ ਪਤਾ ਨਹੀਂ ਗਗੜਿਆਂ ਦਾ ਫੰਕਸ਼ਨ ਸੀ ਉਹ ਉਸਤਾਦ ਜੀ ਮੈਂ ਸਭ ਨਾਲ ਸੋਹਣੀ ਮੈਂ ਲੱਗਾ ਮੈਂ ਤਿਆਰ ਹੋ ਕੇ ਨਾ ਇਹ ਤੂੰ ਆਪੇ ਹੀ ਫੈਸਲਾ ਕੀਤਾ ਜਾਂ ਨਹੀਂ ਯਾਰ ਤੂੰ ਇਹ ਲਾਣਤ ਪਈ ਤੂੰ ਇਹ ਸੋਚ ਸਭ ਤੋਂ ਸੋਹਣੀ ਇਹ ਲੱਗਣ ਦੀ ਸੀ ਬਾਕੀਆਂ ਦਾ ਬਾਕੀਆਂ ਦੇ ਕਿੱਦਾਂ ਦੇ ਹੋਣਗੇ ਫੰਕਸ਼ਨ ਵੀ ਤਾਂ ਉਹਨੇ ਕਿਹਾ ਵੇ ਉਹਨਾਂ ਦਾ ਬਾਕੀ ਤੇ ਜਿੰਗਲ ਵਾਲਾ ਫੂਲਾਂ ਅੱਛਾ ਫੇਰ ਫੇਰ ਕੀ ਹਾਲੇ ਜਾ ਕੇ ਗਾਣਾ ਸ਼ੁਰੂ ਵੀ ਨਹੀਂ ਕੀਤਾ ਹੈਗਾ ਤੇ ਔਂਤਰੇ ਨੇ ਪਤਾ ਨਹੀਂ ਕੀ ਖਾਧਾ ਪੀਤਾ ਸੀ ਉਹਨੇ ਸਾਰੀ ਉਲਟੀ ਮੇਰੇ ਕੱਪੜਿਆਂ ਤੇ ਯਾਰ ਤੂੰ ਸਾਡਾ ਕੋਈ ਦਿਲ ਖਰਾਬ ਕਰਨ ਗੱਲ ਤਾਂ ਸੁਣੀ ਉਹ ਬਕੂਆ ਕੈਸਾ ਹੋਇਆ ਉਲਟੀ ਕਰਕੇ ਤੇ ਸਾਰੇ ਗਾਇਬ ਹੋ ਗਏ ਤੇ ਫੜੇ ਕੌਣ ਗਏ ਅਸੀਂ ਨੱਚਣ ਵਾਲੇ ਪੁਲਿਸ ਸਾਨੂੰ ਚੁੱਕ ਕੇ ਲੈ ਗਈ ਐਸ ਐਚ ਓ ਕਹੀ ਜਾਵੇ ਤੁਹਾਡੇ ਚੋਂ ਕਿਸੇ ਨੇ ਸ਼ਰਾਬ ਪੀਤੀ ਮੈਂ ਤਾਂ ਤਰਲੇ ਪਾਏ ਮੈਂ ਕਿਹਾ ਅਸੀਂ ਸ਼ਰਾਬ ਨਹੀਂ ਪੀਤੀ ਅਕੌਂਤਰਾ ਮੇਰੇ ਉੱਤੇ ਉਲਟੀ ਕਰ ਗਿਆ ਉਹਦੀ ਬੋ ਆਉਣ ਡਈ ਅੱਛਾ ਹੁਣ ਇੰਨੀ ਵਾਰ ਨਾਮ ਹੀ ਨਹੀਂ ਲਈਦਾ ਹੁੰਦਾ ਨਾ ਬਟ ਠੀਕ ਆ ਇਹ ਵਾਕਿਆ ਤੂੰ ਵੈਸੇ ਨਾਮ ਵੀ ਸੁਣਾਉਂਦਾ ਤੇ ਠੀਕ ਜਾਣ ਦਿਆ ਨਹੀਂ ਫਿਰ ਜਦੋਂ ਤੂੰ ਵਾਪਸ ਆਇਆ ਇਹ ਸਾਰਾ ਕੁਛ ਛੱਡ ਕੇ ਤੇ ਫਿਰ ਆ ਕੇ ਤੇ ਛਪ ਛਪਾ ਮਹੱਲੇ 'ਚ ਉੱਦਾਂ ਹੀ ਸਾਰਾ ਮਾਹੌਲ ਜਦੋਂ ਮੈਂ ਵਾਪਸ ਆਇਆ ਮੇਰੇ ਖੂਨ ਨਾਲ ਕੱਪੜੇ ਭਰੇ ਹੋਏ ਤੇ ਮਹੱਲੇ 'ਚੋਂ ਨੰਗਿਆ ਵਾ ਉਹੀ ਮਹੱਲੇਦਾਰ ਯੂਸੀ ਉਹਨਾਂ ਨੇ ਕਿਹਾ ਸ਼ੁਕਰ ਆ ਵਾਪਸ ਆ ਕੋਈ ਦੇਗਾਂ ਲਾਉਣ ਲੱਗ ਪਿਆ ਕੋਈ ਨਿਆਜ਼ਾਂ ਦੇਣ ਲੱਗ ਪਿਆ ਕਿਉਂ ਔਰ ਪਾਸੇ ਰੌਲਾ ਪੈ ਗਿਆ ਯੂਸੀ ਵਾਪਸ ਆ ਗਿਆ ਯੂਸੀ ਨਹੀਂ ਦੇਗਾਂ ਕਾ ਤੋਂ ਲਾਉਣ ਲੱਗ ਪਏ ਖੁਸ਼ੀ 'ਚ ਕਿ ਉਹਨਾਂ ਦਾ ਰਹਿਨਮਾ ਆ ਗਿਆ ਵਾਪਸ ਜੀ ਉਸ ਇਲਾਕੇ ਦੇ ਵਿੱਚੋਂ ਮੈਂ ਉੱਥੋਂ ਟੈਕਸ ਲੈਣਾ ਸੀ ਉਹ ਸਾਰੇ ਤਾਂ ਬੇਫਿਕਰ ਹੋ ਕੇ ਫਿਰਨ ਲੱਗ ਪਏ ਕਿ ਹੁਣ ਕਿਹੜਾ ਇਹਨੇ ਆਉਣਾ ਵਾ ਅੱਛਾ ਮੇਰੀ ਗੱਲ ਸੁਣ ਲਾ ਨਾ ਇਸ ਕੈਮਰੇ 'ਚ ਨਾ ਉਸ ਕੈਮਰੇ 'ਚ ਲੇਕਿਨ ਮੈਨੂੰ ਐਡੀ ਬੁਰੀ ਵੱਖੀ ਤੇਰੀ ਨਜ਼ਰ ਆ ਰਹੀ ਹੈ ਇੱਥੋਂ ਨਾ ਉਸ ਕੈਮਰੇ 'ਚ ਆ ਰਹੀ ਨਾ ਉਸ ਕੈਮਰੇ 'ਚ ਮੈਨੂੰ ਕਸਮ ਇੰਝ ਲੱਗਦਾ ਵਾ ਵੀ ਜਿਵੇਂ ਤੂੰ ਇੱਥੇ ਨਾ ਕੋਈ ਪਸ਼ੌਰੀ ਚੱਪਲ ਲਕੋਈ ਇਸ ਕਿਸਮ ਦਾ ਚਮਕੀਲਾ ਰੰਗ ਆ ਤੇਰਾ ਉਦਾਂ ਦੇ ਉਦੜਿਆ ਸੂਟ ਮੈਂ ਪਾ ਕੇ ਅੱਛਾ ਚੱਲ ਯਾਰ ਕੁਛ ਨਹੀਂ ਹੁੰਦਾ ਚੱਲ ਖੈਰ ਆ ਫੇਰ ਮੁੜ ਕੇ ਉਸਤਾਦ ਜੀ ਜਦੋਂ ਮੈਂ ਆਪਣੇ ਵਾਪਸੀ ਆਇਆ ਉਸ ਮੁਹੱਲੇ ਦੇ ਵਿੱਚ ਤੇ ਹਰ ਪਾਸੇ ਫੇਰ ਡੰਗਾ ਵੱਜ ਗਿਆ ਇੱਕ ਵਾਰ ਅੱਛਾ ਪਤਾ ਕਿ ਦੁਪੱਟਾ ਲੈ ਲਾ ਤੇਰੀ ਮਿਹਰਬਾਨੀ ਲੈ ਲਾ ਇੰਜ ਕਰਕੇ ਨਾ ਇੰਜ ਇੱਥੇ ਦੁਪੱਟਾ ਲੈ ਲਾ ਸਾਡੇ ਬੱਚੇ ਧੀਆਂ ਭੈਣਾਂ ਵੇਖਣ ਦੀਆਂ ਤੈਨੂੰ ਖੁਦਾ ਦਾ ਵਾਸਤਾ ਜੀ ਮੈਂ ਭਰਾਵਾਂ ਉਹਨਾਂ ਦਾ ਮੈਂ ਨਹੀਂ ਕਹਿਣਾ ਅੱਲਾ ਮਾਫੀ ਦੇਵੇ ਉਹ ਪਤਾ ਕੀ ਹੁਣ ਬਸ ਇੱਥੇ ਇੱਥੇ ਕੋਈ ਗੱਲ ਨਹੀਂ ਧੀ ਭੈਣ ਖਰਾਬ ਹੋ ਹੀ ਜਾਂਦੀ ਖੈਰ ਚੱਲ ਬਸ ਠੀਕ ਆ ਓਕੇ ਫੇਰ ਮੁੜ ਕੇ ਸਾਹ ਜੀ ਉਸ ਇਲਾਕੇ ਦੇ ਵਿੱਚ ਵਾਪਸ ਜਿਹੜੇ ਉਹ ਬਦਮਾਸ਼ ਮੇਰੇ ਤੇ ਨੱਟੂ ਹੋਏ ਫਿਰਦੇ ਸੀ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਫਿਰ ਮੈਂ ਅੱਖ ਚੱਕ ਪਾ ਕੇ ਦੱਸਿਆ ਕਿ ਮੈਂ ਵਾਪਸ ਆ ਗਿਆ ਵੀ ਦੋਸਤਾਂ ਯੂਸੀ ਦੀ ਆਰੂ ਵਾਪਸ ਆ ਗਈ ਵਾਪਸ ਆ ਗਈ ਯੂਸੀ ਦੀ ਵਾਪਸੀ ਹਾਂ ਹਾਂ ਫਿਰ ਮੈਂ 35 ਸੱਟੇ ਪਹਿਲਾਂ ਆਪਣੇ ਘਰ ਗਿਆ ਜਾਂਦੇ ਮੈਂ ਛਾਤੇ ਦੇ ਉੱਤੇ ਚੜਿਆ ਵਾ ਤੇ ਪੰਪ ਐਕਸ਼ਨ ਨਾਲ 7-8 ਫਾਇਰ ਕੀਤੇ ਕਿ ਲੱਕ 'ਚ ਸਾਰੇ ਸ਼ਬ ਸ਼ਬ ਪਤਾ ਲੱਗ ਗਿਆ ਨਹੀਂ ਤੇ ਛੱਤ ਤੇ ਲਿਪਣ ਵਾਲੀ ਸੀ ਤੂੰ ਉੱਤੇ ਕਿੱਦਾਂ ਚੜਿਆ ਯਾਰ ਉਹਨੇ ਲਿਪਣ ਵਾਲੀ ਤੇ ਖਲੋਤਾ ਹੀ ਸੀ ਨਾ ਉਹਨੇ ਕਿਹੜਾ ਵੀ ਉੱਤੇ ਚੱਟੀ ਹੈ ਕੱਪ ਪਾਉਣੀ ਸੀ ਮੈਂ ਪੰਪ ਐਕਸ਼ਨ ਦਾ 7 ਫਾਇਰ ਕੱਢੇ ਥੱਲੇ ਬਰੇਕ ਦੇ ਕੜੇ ਉਹ ਦੱਸਿਆ ਕਿ ਆ ਗਿਆ ਯੂਸੀ ਇਲਾਕੇ ਪੂਰੇ ਨੂੰ ਮੈਂ ਦੱਸ ਦਿੱਤਾ ਕਿ ਯੂਸੀ ਵਾਪਸ ਆ ਤੈਨੂੰ 7 ਫਾਇਰ ਮਾਫ ਆ ਫੇਰ ਮੁੜ ਕੇ ਫੇਮ ਉਹ ਡਾਕਟਰ ਲੱਭਿਆ 7 ਫਾਇਰ ਤੇ ਯੂਸੀ ਵੀ ਛੱਡ ਜਾਂਦੀ ਹੈ ਆਹੋ ਸਹੀ ਗੱਲ ਹੈ ਅੱਗੇ ਫੇਰ ਛੱਡ ਜਾਂਦੀ ਵੀਰੇ ਮੂੜੇ ਜੀ ਛੱਡ ਜਾਂਦੀ 7 ਸਾਲ ਬਾਅਦ ਤੇ ਮੂੜੇ 7 ਸਾਲ ਬਾਅਦ ਤੇ ਯੂਸੀ ਦੀ ਵੀ ਸੁਣੀ ਜਾਂਦੀ ਹੈ ਆਹੋ ਫੇਰ ਕੂੜੇ ਦੀ ਸੁਣੀ ਜਾਂਦੀ ਤੇ ਯੂਸੀ ਦੀ ਨਾ ਸੁਣੀ ਜਾਵੇ ਅੱਛਾ ਫੇਰ ਉਸਤਾਦ ਜੀ ਫੇਮ ਡਾਕਟਰ ਲੱਭਿਆ ਉਹੀ ਜਿਹਨੇ ਮੈਨੂੰ ਡ੍ਰਿਪ ਲਾਈ ਸੀ ਉਹਨੂੰ ਕਾਹ ਤੋਂ ਲੱਭਿਆ ਉਹਨੇ ਫੇਰ ਤੈਨੂੰ ਬੋਤਲ ਲਾ ਦੇਣੀ ਸੀ ਸਾਜੀ ਜ਼ਿਆਦਤੀ ਉਹਦੇ ਤੋਂ ਹੋਈ ਹੈ ਸ਼ੁਰੂ ਉਹਨੂੰ ਮੈਂ ਜਦੋਂ ਜਾ ਕੇ ਦੇਖਿਆ ਨਾ ਉਹਦੇ ਹਸਪਤਾਲ 'ਚ ਵੜਿਆ ਜਦੋਂ ਮੈਂ ਜਿਸ ਬੰਦਾ ਜਿਹੜਾ ਬੰਦੇ ਨੇ ਮੇਰੇ ਤੇ ਨਹੀਂ ਸੀ ਪੈਸੇ ਇੰਨੇ ਨਿਸ਼ਾਵਰ ਕੀਤੇ ਬਦਮਾਸ਼ ਹਾਂ ਉਹਨੂੰ ਉਹਨੇ ਬੋਤਲ ਲਾਈ ਤੇ ਉਹ ਇੱਥੇ ਬੈਠਦਾ ਹਸਪਤਾਲ ਤੇ ਬੈਠਾ ਉਹ ਬਦਮਾਸ਼ ਉਹ ਜਿਹੜਾ ਮੈਨੂੰ ਮਾਰਨ ਆਇਆ ਸੀ ਜਿਹੜਾ ਡਾਕਟਰ ਨੇ ਬਚੀ ਬੋਤਲ ਉਹਨੂੰ ਲਾ ਦਿੱਤੀ ਸ਼ਾਬਾਸ਼ ਤੂੰ ਬੈੱਡ ਤੇ ਇੱਦਾਂ ਬੈਠਾ ਹੋਇਆ ਤੂੰ ਮੈਨੂੰ ਕਹੀ ਜਾਵੇ ਯੂਸੀ ਸਹੀ ਮੇਰਾ ਹੁਣ ਮੇਰੇ 'ਚ ਉਹ ਵੀ ਲਚਕਾਵੇ ਵਿੱਚ ਵਿੱਚ ਤੇ ਫੇਰ ਮੈਂ ਸੋਚਾਂ ਨਹੀਂ ਓਏ ਯੂਸੀ ਬਦਮਾਸ਼ ਹੈਗਾ ਇਹ ਕਿਹੜੇ ਚੱਕਰਾਂ 'ਚ ਫਸ ਗਿਆ ਫੇਰ ਨਹੀਂ ਉਹਦਾ ਫਿਰ ਕੀ ਬਣਿਆ ਕੁਛ ਵੀ ਨਹੀਂ ਅੱਗੇ ਸਾਲ ਉਹ ਮੇਰੇ ਮਗਰ ਸੀ ਫਿਰ ਮੈਂ ਸਾਲ ਉਹਦੇ ਮਗਰ ਮਗਰ ਪੈਸੇ ਸਿੱਟਾਂ ਉੱਤੇ ਉਹਦਾ ਮੁਜਰਾ ਦੇਖਣ ਡਿਆ ਉਹਨੂੰ ਕਹਿਣਾ ਨੱਚ ਨਹੀਂ ਅਸਲ 'ਚ ਉਹਦਾ ਨਾਂ ਸੀ ਅਰਸ਼ਦ ਤੇ ਉਹਨੂੰ ਮੈਂ ਕਹੀ ਜਾਵਾਂ ਖੁਸ਼ਬੂ ਨੱਚ ਵਾਹ ਬੜੇ ਯਾਨੀ ਕਿ ਰੌਲੇ ਬਣੇ ਜਿੰਨੇ ਬਦਮਾਸ਼ ਸੀ ਨਾ ਉਹਨੇ ਤਿੰਨਾਂ ਚੋਂ ਨੂੰ ਬੋਤਲ ਲਾ ਤੀ ਉਹਨਾਂ ਨੇ ਆਪਣੇ ਖੂਹ ਬਣਾ ਲਏ ਉਹ ਡਾਕਟਰ ਨੂੰ ਮੈਂ ਫੜਿਆ ਫਿਰ ਅੱਜ ਤੋਂ ਬਾਅਦ ਤੂੰ ਖੂਨ ਦੇਗਾ ਕਿਸੇ ਨੂੰ ਇਹ ਗੱਲ ਸ਼ੁਰੂ ਹੋਈ ਸੀ ਤੇਰੇ ਖੂਨ ਦੇਣ ਤੇ ਫਿਰ ਤੋਬਾ ਕੀਤੀ ਹਾਲੇ ਵੀ ਖੂਨ ਦੇ ਖੂਨ ਦੇਣਾ ਬੰਦ ਕਰਤਾ ਭਾਈ ਖੂਨ ਲਵਾਉਣਾ ਵੀ ਬੰਦ ਕਰਤਾ ਦੇਣਾ ਵੀ ਬੰਦ ਕਰਤਾ ਹਾਂ ਖੂਨ ਆਪਣਾ ਆਪਣਾ ਭਾਈ ਖੂਨ ਆਪਣਾ ਲੇਕਿਨ ਉਸਤਾਦ ਜੀ ਪਤਾ ਕੀ ਗੱਲ ਮੈਂ ਜੈਨਵਨ ਕਹਿ ਰਿਹਾ ਬਲੱਡ ਏਅਰ ਦੇਣਾ ਚਾਹੀਦਾ ਸਿਹਤਮੰਦੀ ਦੀ ਨਿਸ਼ਾਨੀ ਮੈਂ ਉਸਤਾਦ ਜੀ 37 ਬੋਤਲਾਂ ਦਿੱਤੀਆਂ ਨੇ ਆਪਣੀ ਲਾਈਫ 'ਚ ਹਾਂਜੀ ਹਾਂਜੀ ਉਸਤਾਦ ਜੀ ਕਿੰਨੀਆਂ 37 ਬੋਤਲਾਂ ਲਿਖੀਆਂ ਨੇ ਬਾਈ ਰਿਟਰਨ ਮੇਰੇ ਡਾਲੇ 'ਚ ਹੁੰਦੀਆਂ ਆਹੋ ਸਹੀ ਗੱਲ ਹੈ 24 ਦੇ ਡਾਲੇ 'ਚ ਹੁੰਦੀਆਂ ਤੂੰ 37 ਕਿੱਥੋਂ ਦੇਤੀਆਂ ਮੇਰੀ ਗੱਲ ਸੁਣ ਲਾ ਸੂਈ ਜਿਹੜੀ ਨਾ ਜਿੱਥੋਂ ਬੋਤਲ ਕੱਢਦੀ ਹੈ ਹਾਂਜੀ ਤੂੰ ਮਰ ਜਾਏਗਾ ਤੂੰ ਕਦੀ ਸੂਈ ਨਹੀਂ ਲਵਾ ਸਕਦਾ ਤੇ ਹੁਣ ਉਹ ਯੂਸੀ ਵਾਲੀ ਗੱਲ ਵੀ ਨਹੀਂ ਤੂੰ ਕਰ ਸਕਦਾ ਕਿ ਮੈਂ ਥੱਲੇ ਕੌਲਾ ਰੱਖ ਕੇ ਤੇ ਐਂ ਕਰਕੇ ਤੇ ਇਹ ਗੱਲ ਲਿਆਦਾ ਦਾ ਮਤਲਬ ਆ ਤੂੰ ਕਦੀ ਇੱਕ ਕਤਰਾ ਖੂਨ ਦਾ ਨਹੀਂ ਦਿੱਤਾ ਹਾਂਜੀ ਅਲਹਮਦੁਲਿਲਾ ਦੋ ਕੌਲੇ ਖੂਨ ਤੁਸੀਂ ਤੇ ਪੈਪ ਲਾਇਆ ਸੀ ਨਾ ਸੁਣ ਮੇਰੀ ਗੱਲ ਸੁਣ ਲਾ ਇਹ ਸੂਈ ਲਵਾਉਂਦਾ
ਇੱਥੇ ਲੱਗਦਾ ਖੂਨ ਜਾਂ ਇੱਥੇ ਲੱਗਦਾ, ਇੱਥੇ ਲੱਗਦਾ ਜ਼ਿਆਦਾ, ਇੱਥੋਂ ਕੱਢਦੇ ਆ, ਠੀਕ ਹੋ ਗਿਆ, ਜਾਂ ਇੱਥੋਂ ਇੱਥੋਂ ਕਿਤੋਂ। ਇਹ ਸੂਈ ਚਾਂਗਰਾ ਮਾਰਦਾ, ਇੱਕ ਪ੍ਰੋਗਰਾਮ ਸੀ ਸਾਲ ਡੇਢ ਸਾਲ ਪੁਰਾਣਾ, ਜੇ 'ਚ ਅਸੀਂ ਇਹਨੂੰ ਸਿਰਫ ਇੰਨੀ ਕੁ ਸ਼ੂਗਰ ਚੈੱਕ ਕਰਨਾ ਸੀ, ਇੰਝ ਕਰਨਾ ਸੀ ਮਾੜਾ ਜਿਹਾ, ਅਤੇ ਇਹਦੇ ਗਲੇਡੂ ਦੇਖਣ ਵਾਲੇ ਸੀ ਅਸਲ, ਅਤੇ ਕਹਿੰਦਾ ਮੈਂ 37 ਬੋਤਲਾਂ ਦਿੱਤੀਆਂ, 37 ਵਾਰੀ ਇਹਨੂੰ ਸੂਈ ਲਵਾਈ। ਲਓ ਜੀ ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ। ਨੋਰਮਲ ਟੀਕਾ ਜਿਹੜਾ ਹੁੰਦਾ, ਨੋਰਮਲ ਟੀਕਾ ਇੱਕ ਤਾਂ ਕਿਸੇ ਬਿਮਾਰ ਹੈ, ਇੱਕ ਸਿੰਪਲ ਟੀਕਾ ਵਾਈਟਾਮਿਨਸ ਟੈਪ ਦਾ। ਹੁਣ ਇੱਥੋਂ ਉੱਠਦੇ ਆ, ਮੇਰੇ ਨਾਲ ਚੱਲ ਜਾਵੇ, ਮੈਂ 10,000 ਰੁਪਇਆ ਦਿਆਂਗਾ, ਸਿਰਫ ਬਾਂਹ 'ਚ ਟੀਕਾ ਲਵਾ ਲਿਓ ਵਾਈਟਾਮਿਨ ਦਾ। ਮੈਂ ਪੁਰਾਣੀਆਂ ਗੱਲਾਂ ਕਰ ਰਿਹਾ, ਮੈਂ 10,000 ਰੁਪਇਆ ਦਿਆਂਗਾ, ਖੜੇ ਪੈਰੀ 10,000 ਰੁਪਇਆ ਉਸੇ ਟਾਈਮ ਦਾ ਦੇਵਾਂ, ਜੋ ਕੋ ਦੇਣਾ। ਜਿੱਦਾਂ ਦਾ ਫੂਕ ਨਾ ਭਰਿਆ ਹੋਇਆ ਵੇ, ਇਹਦੇ ਟੀਕਾ ਵੈਸੇ ਸੂਈ ਲਾਈ ਤੇ ਟੀਕਾ ਫਟ ਜਾਂਦਾ ਵਾ, ਇੰਨਾ ਪ੍ਰੈਸ਼ਰ ਅੰਦਰੋਂ। ਨਹੀਂ ਇਹਨੂੰ ਕਹਿਣਾ, ਇਹਨੇ 37 ਬੋਤਲਾਂ ਦਿੱਤੀਆਂ ਨਾ, ਇਹਨੂੰ ਕਹਿ ਇੱਕ ਟੀਕਾ ਸਿਰ ਲਵਾ ਕੇ ਦਿਖਾ ਦੇਵੇ, ਮੇਰਾ ਰਿਕਾਰਡ ਚੈੱਕ ਕਰ ਲਓ ਜਾ ਕੇ। ਨਹੀਂ ਤੂੰ ਟੀਕਾ ਇੱਕ ਲਵਾ ਕੇ ਦਿਖਾ ਦੇ। ਕਿਉਂ? ਤੂੰ ਨਾ, ਬਲੱਡ ਨਿਕਲਦਾ ਨਾੜ ਚੋਂ, ਮੈਂ ਕਹਿੰਦਾ ਨਾੜ 'ਚ ਛੱਡ, ਤੂੰ ਗੋਸ਼ਤ 'ਚ ਟੀਕਾ ਲਵਾ ਕੇ ਦਿਖਾ ਦੇ। ਨਾੜ ਜ਼ਿਆਦਾ ਜ਼ੀਅਤ ਵਾਲਾ ਕੰਮ ਹੁੰਦਾ, ਰਿਸਕੀ ਕੰਮ ਹੁੰਦਾ, ਜ਼ੀਅਤ ਵਾਲਾ ਹੁੰਦਾ ਨਾੜ ਵਾਲਾ। ਤੂੰ ਗੋਸ਼ਤ 'ਚ ਟੀਕਾ ਲਵਾ ਦੇ, 10,000 ਰੁਪਇਆ ਉਸੇ ਟਾਈਮ ਨਾ ਦੇਵਾਂ, ਤੂੰ ਕਿ ਉਸਤਾਦ ਜੀ ਜੋ ਕੇ ਦੇਣਾ ਤੇਰਾ ਚੱਲ। ਅੱਛਾ ਤੂੰ ਨਾ ਲਵਾਵੇਂ ਤੇ ਫਿਰ ਤੂੰ ਮੁਗਲ ਨਹੀਂ। ਹਾਂ ਉਹ ਚੁੱਪ ਕਰ, ਫਿਰ ਤੂੰ 37 ਬੋਤਲਾਂ ਨਹੀਂ ਦਿੱਤੀਆਂ, ਮੈਂ ਦਿੱਤੀਆਂ ਨੇ। ਕਿੱਦਾਂ ਖੂਨ ਕੱਢਿਆ ਉਹਨੇ? ਮੇਰਾ ਮਾਮਲਾ ਤੇ ਉਧਰ ਦਾ ਮਾਮਲਾ। ਓਏ ਯਾਰ ਤੇਰਾ ਉਹਦਾ, ਓ ਸਾਲਿਆ, ਮੈਂ ਸਿਰਫ ਇਹ ਕਹਿ ਰਿਹਾ ਕਿ ਬਲੱਡ ਦੇਣਾ ਚਾਹੀਦਾ ਹੌਲੀ ਤਾਂ। ਨਹੀਂ ਤੂੰ 37 ਬੋਤਲਾਂ ਕਿੱਦਾਂ ਕਰੂਰੀ ਕੀਤੀ ਇਹ ਤੂੰ? ਸਾਜੀ ਮੇਰਾ ਨਹੀਂ, ਤੂੰ ਕਰੂਰੀਆਂ ਕਰ ਕਰਕੇ ਮਰੀਜ਼ ਦੇ ਉੱਤੇ ਪਾਏ, ਕਿਹੜੇ ਰਸਤੇ ਉਹਨਾਂ ਨੇ ਕੱਢਿਆ ਖੂਨ ਦਾ? ਜਿਹਦੇ ਨਾਲ ਦਿੱਤਾ ਜਾਂਦਾ ਮੇਰੇ ਪਹਿਲੇ ਬੇਹੋਸ਼ ਕਰਦੇ ਸੀਗੇ ਤੈਨੂੰ। ਹਾਂਜੀ ਉਸਤਾਦੀ, ਫੇਰ ਬਲੱਡ ਦਿੰਦੇ। ਅੱਛਾ ਪਹਿਲੇ ਤੈਨੂੰ ਬੇਹੋਸ਼ ਕਰਦੇ ਸੀ ਤੇ ਬਲੱਡ ਕੱਢ ਕੇ ਤੈਨੂੰ ਤਰੀਕਾ ਵੀ ਹੋਸ਼ ਲਿਆਉਂਦੇ ਸੀ? ਵਿਆੜੇ ਵਾਲਾ ਬੇਹੋਸ਼ ਕਿਉਂ ਕਰਦੇ ਸੀ? ਬੇਹੋਸ਼ ਤੇ ਕਰਦੇ ਨਹੀਂ ਹੁੰਦੇ ਉਹ ਵਿਆੜੇ ਵਾਲਾ। ਤੁਸੀਂ ਫਿਰ ਬਲੱਡ ਕੋ ਦਿੱਤਾ ਹੀ ਨਹੀਂ, ਫਿਰ ਝੂਠ ਬੋਲ ਲੈਂਦੇ ਆ ਵਾ। ਤੂੰ ਸਿੱਧਾ ਕਿਹਾ ਕਿ ਮੇਰਾ ਪਿਛਲੇ ਮਹੀਨੇ 37 ਕਿਲੋ ਗੋਇਆ ਹੋਇਆ ਵਾ, ਵੀ ਮੰਨੇ ਵੀ ਕੋਈ ਹੈ? ਫੈਸਲਾ ਐਵੇਂ ਤਾਂ ਛੱਡਿਆ, ਮੇਰੇ ਅੱਗੇ ਨਾ ਛੱਡਿਆ ਕਰ। ਅੱਛਾ ਉਸਤਾਦ ਜੀ, ਮੈਂ ਫਿਰ ਤੇਰੇ ਉਹਦੇ ਉੱਥੇ ਤੱਕ ਪਹੁੰਚਣਾ ਹੁੰਦਾ ਜਿੱਥੇ ਤੱਕ ਪਤਾ ਲੱਗੇ। ਜਦੋਂ ਤੁਹਾਨੂੰ ਮਿਰਜ਼ੇ ਚੁੱਕ ਕੇ ਲਗੇ ਸੀ, ਉਦੋਂ ਕੀ ਹੋਇਆ ਸੀ? ਉਹ ਤਾਂ ਵਾਕਿਆ ਦੱਸੋ ਜ਼ਰਾ। ਨਹੀਂ 37 ਬੋਤਲਾਂ ਦਾ ਉਹਦਾ ਕੀ ਤਲਕ? ਉਹ ਮਿਰਜ਼ੇ ਦਾ ਨਾ ਕੀ ਤਲਕ ਸੀ? ਉਹ ਤਾਂ ਮੈਨੂੰ ਕਈ ਵਾਰੀ ਹਾਲੇ ਵੀ ਦੋਸਤ ਚੁੱਕ ਕੇ ਲੈ ਜਾਂਦੇ, ਆ ਯਾਰ ਜਾਣਾ ਤੂੰ ਲਾਜ਼ਮੀ ਜਾਣਾ ਲੈ ਜਾਂਦੇ। ਬੰਨ ਕੇ ਕੌਣ ਲੈ ਜਾਂਦਾ? ਬੰਨ ਕੇ ਵੀ ਕਈ ਲੈ ਜਾਂਦੇ ਆ। ਆਹੋ, ਉਹਨਾਂ ਨੂੰ ਪਤਾ ਇਹਨੇ ਦੌੜ ਜਾਣਾ ਵਾ, ਮੇਰੇ ਯਾਰ ਦੋਸਤ ਨੇ, ਉਹ ਮੈਨੂੰ ਫੜ ਲੈਂਦੇ, ਬੰਨ ਲੈਂਦੇ ਆ ਕਿ ਇਹਨੇ ਦੌੜ ਜਾਣਾ, ਨਹੀਂ ਤਾਂ ਆ ਜਾ ਛੋ ਛੂ ਬਾਅਦ 'ਚ ਕਰਦੇ ਰਹਾਂਗੇ। ਚੱਲ 37 ਬੋਤਲਾਂ ਤੂੰ ਕਿੱਥੇ ਦਿੱਤੀਆਂ ਨੇ? ਉਸਤਾਦ ਜੀ ਮੇਰਾ ਤਾਂ ਮਾਮਲਾ ਉੱਪਰਲੇ ਦਾ। ਓਏ ਨਹੀਂ, ਦਰਮਿਆਨ 'ਚ ਇੱਕ ਡਾਕਟਰ ਦਾ ਮਾਮਲਾ ਵੀ ਹੁੰਦਾ ਤੇ ਇੱਕ ਮਰੀਜ਼ ਵੀ ਹੁੰਦਾ ਜਿਹਨੂੰ ਦੇਣੀਆਂ ਤੂੰ। ਤੇਰਾ ਤੇ ਮਾਮਲਾ ਝੂਠਿਆ, ਤੇਰਾ ਜਦੋਂ ਜ਼ਿੰਦਗੀ 'ਚ ਦਿਲ ਕਰੇ ਨਾ, ਤੂੰ 10,000 ਰੁਪਇਆ, 20,000 ਰੁਪਇਆ, 30,000 ਰੁਪਇਆ, 50,000 ਰੁਪਇਆ ਦੇਵਾਂਗਾ, 50,000 ਰੁਪਇਆ ਦੇਵਾਂਗਾ, ਸਿਰਫ ਇੱਥੇ ਟੀਕਾ ਲਵਾ ਲਵੇ ਇੱਕ, ਜਾ ਯੂਸੀ। ਨਹੀਂ ਤੁਸੀਂ ਉਹ ਚੈੱਕ ਕੀਤਾ ਨਹੀਂ ਸੀ ਮੇਰੇ ਉਹ ਸ਼ੂਗਰ? ਮੈਂ ਕਹਿੰਦਾ ਉਹ ਚੈੱਕ ਕੀਤਾ ਸੀ, ਉਹਦੀ 47 ਮਿੰਟ ਦੀ ਵੀਡੀਓ ਵੀ ਤੇ ਬਣੀ ਸੀ ਤੇਰੇ ਰੋਂਦੇ ਦੀ। ਦਿਮਾਗ ਖਰਾਬ ਉਸਤਾਦ ਜੀ, ਮੇਰੀਆਂ ਨਕਲਾਂ ਨਾ ਲਾਇਆ ਕਰੋ, ਮੈਂ ਅਸਲ ਲਾ ਦੇਣੀ ਕਿਸ ਦਿਨ। ਤੁਸੀਂ ਸਮਝ ਆਈ ਉਸਤਾਦ ਜੀ? ਨਾਲੇ 37 ਬੋਤਲਾਂ ਤੇ ਇਹਨਾਂ ਦੇ ਖਾਨਦਾਨ ਪੂਰੇ ਚ ਨਹੀਂ, ਇਹਨਾਂ ਦੇ ਖਾਨਦਾਨ ਚੋਂ ਕੋਈ ਸੱਟ ਲੱਗ ਜਾਣਾ ਤੇ ਜੇ ਟਰਮੀਨੇਟਰ ਦੇ ਨਹੀਂ ਸੀ, ਅਰੇ ਹਾਲੋ ਜੀ ਨਿਕਲ। ਯਾਰ ਇੱਕ ਬੋਤਲ ਤੋਂ ਵੱਧ ਨਾ, ਬਾਅਦ ਚ ਰੇਤ ਆਉਣ ਲੱਗ ਪੈਂਦੀ। ਤੁਸੀਂ ਤਾਂ ਮਹੱਲੇ ਚ ਬਸ ਕਰਦੇ, ਤੇਰਾ ਚੋਰੀ ਦੇ ਫੁੱਟਬਾਲਰ ਦਾ ਮੂੰਹ ਤੇਰਾ ਲੱਗਦਾ ਹੀ ਹੈ ਤੇ ਨਹੀਂ ਹੈ ਵੀ ਆ। ਦੱਸ ਯਾਰ ਯੂਸੀ, ਮੈਂ 50,000 ਰੁਪਇਆ ਕਿਹਾ, 50,000 ਰੁਪਇਆ ਦੇਵਾਂਗਾ ਟੀਕਾ ਲਵਾ ਲਵੇ ਸਿਰਫ, ਠੀਕ ਹੈ ਦਾ 50,000। ਹਾਂ ਸਿੰਪਲ ਇੱਕ ਟੀਕਾ ਲਵਾ ਲਵੇ, 50,000 ਰੁਪਇਆ ਲੈ ਲਵੇ। ਤਾਂ ਜੀ ਫਜ਼ੂਲ ਹੀ, ਜਦੋਂ ਕੋਈ ਬੰਦਾ ਬਿਮਾਰ ਬਿਮੂਰ ਹੋਵੇ ਤੇ ਟੀਕਾ ਲਵਾਉਂਦਾ ਵੀ ਚੰਗਾ। ਜੀ ਤੁਸੀਂ ਇੰਨਾ ਕੁ ਖੂਨ ਦੇ ਦਿਓ ਸਰ, ਤੂੰ 37 ਬੋਤਲਾਂ ਦਿੱਤੀਆਂ ਨੇ, ਤੂੰ ਹਸਪੀਟਲ ਜਾ, ਸਿਰਫ 2-3 ml ਖੂਨ ਆਪਣਾ ਕਢਾ ਦੇ, 1 cc ਖੂਨ ਚਾਹੀਦਾ। ਜਾਂ ਜਦੋਂ ਲਵ ਲੈਟਰ ਲਿਖਣਾ ਕਿਉਂ? ਨਹੀਂ ਸੁਣ ਲਾ, ਜਦੋਂ ਟੈਸਟ ਟੈਸਟ ਕਰਾਈਦੇ ਆ, ਬਲੱਡ ਟੈਸਟ, ਸ਼ੂਗਰ ਟੈਸਟ ਜਾਂ ਕੋਈ ਜਿਹੜੇ ਉਹ ਕੱਢਦੇ ਨਾ, ਇੰਨਾ ਕੁ ਲੈਬਾਰਟਰੀ ਵਾਲੇ, ਉਹਨਾਂ ਕੁ ਕਢਾ ਲਵੇ ਸਿਰਫ ਟੈਸਟ, ਇਹਦੇ ਟੈਸਟ ਮੈਂ ਕਰਾ ਕੇ ਦਿੰਦਾ ਸਾਰੇ, ਇਹ ਬਲੱਡ ਕਢਾ ਲਵੇ, ਤੈਨੂੰ 50,000 ਰੁਪਇਆ ਦਿਆਂਗਾ ਜਾ। ਆ ਪੂਰੀ ਵਾਮ ਸੁਣ ਦੀ ਮੈਨੂੰ 100 ਉਹ ਦਿਲ ਕਰੇ ਤੇਰੇ ਛੁਰੀ ਮਾਰ ਕੇ ਕੱਢ ਦੇਵੇ 4 ਬੋਤਲਾਂ, ਉਹਨੂੰ ਆਰਡਰ ਕਰ, ਬਦਮਾਸ਼ ਆਦਮੀ ਆ। ਨਹੀਂ ਨਹੀਂ ਯਾਰ, ਤੇਰੇ ਪੂਰੇ ਜਿਸਮ 'ਚ 1% ਖੂਨ ਵਾ ਤੇ ਬਾਕੀ ਜਿਹੜਾ ਟੋਟਲੀ ਬੂਰਾ ਵਾ, ਤੇਰੇ ਵਾਈਟ ਸੈੱਲ ਗ੍ਰੇ ਕਲਰ ਦੇ ਹੋ ਗਏ ਆ ਤੇ ਤੂੰ ਕਹਿੰਦੇ ਆ ਛੁਰੀ ਮਾਰੀ, ਤੂੰ ਫਿਸਣਾ ਵਾ ਜਿੱਦਾਂ ਬਨੇਰੇ ਤੇ ਧੋਤੀ ਡਿੱਗੀ ਹੁੰਦੀ ਥੱਲੇ। ਯੂਸੀ ਦੇ ਨਾਲ ਬੈਠਾ ਡਰ ਗਿਆ ਜਾਂ ਫਿਟੇ ਮੂੰਹ ਵਿੱਚ ਸਾਡੀ ਵੀ ਕੰਡ ਲਵਾ ਦਿੱਤੀ। ਯੂਸੀ ਦੇ ਨਾਲ ਬੈਠਾ ਡਰ ਗਿਆ, ਪੂਰੇ ਉਹਦੇ ਨਾਲ ਤੇ ਗਿੱਦੜ ਪਾ ਦਿਓ, ਸ਼ੇਰ ਹੋ ਜਾਂਦਾ। ਅੱਲਾ ਦੇ ਆ ਬੰਦਾ, ਮੈਂ ਤੇਰੇ ਸਿੱਧੇ ਟੀਕੇ ਲਵਾ ਲੈਣਾ, ਤੂੰ ਛੁਰੀਆਂ ਖਾਣੀਆਂ ਮੈਂ ਖਾ ਲੈਣਾ। 1 liter ਦੇ ਪੂਰੇ ਜਿਸਮ 'ਚ ਖੂਨ ਆ ਤੇ 9 liter ਦੇ ਬੁੱਲਾਂ ਜਾ ਕੇ ਰੋਕ ਅਜੋ ਆ ਕਰਕੇ। ਯੂਸੀ ਤੇਰੇ ਹੁੰਦੇ ਸਾਨੂੰ ਜੁਗਤਾਂ ਕਰ ਰਹੇ,
हौसला पैदा कर रोटी वाले डब्बे का चार पांच हो तेरे को हौसला कर लेना हौसला हो इनी क सूई नी खोबन डेया शवारमा लैन भावे तेन खिला दे रोटी कहने थोड़ी खांदा है इसी चीज का शौक रोटी मैं नहीं खाना 24 घंटे एक टाइम रोटी खाना ते एक टाइम बाकी सारे पिज़्ज़े खाना मैं पिज़्ज़ा रुपया ले सकता सिर्फ एक ही तरीका वा ये रोटी खाने टीका लगा ध्यान साल लेने चुना मैं एडी चलाकी ना टीका लागे ते फिर 50 भी आप दवा क्यों लो जी फिर नाज़रीन यूसी साहब तुहाडा बहुत शुक्रिया तुसीं साडी फरमाइश ते आ गेटअप कीता असी सिर्फ देखना चाह रहे थे कि तुसी पिछले शो दस्या कि मौत दे खूह ते इस तरह असी देखना चाह रहे थे लुक की लगती है बहुत ख्याल रखना जींदे वास्ते रहो हसते खेडते रहो लव यू कमेंट्स करते रहो अपना अपना जो भी तुहाडे शो दे मुतलक जो भी गलबात आ वह कमेंट्स दे विच दसदे रहो और इंशाल्लाह कल फिर तुहाडा मुलाकात होएगी और कुछ थोड़ा बहुत जरा मार्जिन दे दिया करो कभी कभी इस तरह जिस तरह कोई शो मैनूं पता बच्चे भी देखते ने फैमिलीज भी देखदियां ने और कितने लग रहा है कुछ ऐसा फैमिली जिड़िया लग उन्होंने लगे कि यार थोड़ा ओवर हो गया या थोड़ा लेकिन सानू थोड़ा जा मार्जन दे दिया करो थोड़ा जा सा प्यार मुहब्बत इदा कर लिया करो तो बस लव यू थैंक यू अपना बहुत ख्याल रखना सर पाकिस्तान जिंदाबाद।